दिना स्तुति हो यीशु जी तेरी आराधना स्तुति हो आराधना तेरी आराधना आराधना तेरी आराधना पिता परमेश्वर की आराधना पिता परमेश्वर की आराधना आराधना स्तुति हो यीशु जी तेरी आराधना स्तुति हो हालेलुया आराधना स्तुति हो यीशु जी तेरी आराधना स्तुति हो हालेलुया आराधना स्तुति हो यीशु जी तेरी आराधना स्तुति हो शांति देने वाले चंगा ही देने वाले शांति देने वाले चंगाई देने वाले शांति देने वाले चंगाई देने वाले शांति देने वाले चंगाई देने वाले आराधना स्तुति हो यीशु जी तेरी आराधना स्तुति हो हालेलुया आराधना स्तुति हो यीशु जी तेरी आराधना स्तुति हो हालेलुया आराधना स्तुति हो यीशु जी तेरी आराधना स्तुति हो आराधना तेरी आराधना हालेलुया। हे प्रभु यीशु, असि तेरी आराधना करदे हां,
ਆਰਾਧਨਾ ਕਰਦੇ ਹਾਂ, ਅਸੀਂ ਤੇਰੀ ਵਡਿਆਈ ਕਰਦੇ ਹਾਂ, ਅਸੀਂ ਤੇਰੀ ਵਡਿਆਈ ਕਰਦੇ ਹਾਂ, ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਹੇ ਪਿਆਰੇ ਯੀਸ਼ੂ, ਹੇ ਪਿਆਰੇ ਯੀਸ਼ੂ, ਅਸੀਂ ਵਿਸ਼ਵਾਸ ਰੱਖਦੇ ਹਾਂ, ਅਸੀਂ ਵਿਸ਼ਵਾਸ ਰੱਖਦੇ ਹਾਂ ਕਿ ਤੂੰ ਸੱਚਮੁੱਚ ਸਾਡੇ ਦਰਮਿਆਨ ਹਾਜ਼ਰ ਹੈ। ਸਾਡੇ ਦਰਮਿਆਨ ਹਾਜ਼ਰ ਹੈ ਇਹ ਪ੍ਰਭੂ ਯੀਸ਼ੂ, ਪਾਕ ਸ਼ਰਾਕਤ ਦੇ ਵਿੱਚ ਪੂਰੀ ਤਰ੍ਹਾਂ ਤੂੰ ਸਾਡੇ ਲਈ ਹਾਜ਼ਰ ਹੈ। ਤੂੰ ਸਾਡੇ ਲਈ ਹਾਜ਼ਰ ਹੈ। ਅਸੀਂ ਤੇਰੀ ਆਰਾਧਨਾ ਕਰਦੇ ਹਾਂ, ਅਸੀਂ ਤੇਰੀ ਆਰਾਧਨਾ ਕਰਦੇ ਹਾਂ, ਅਸੀਂ ਤੇਰੀ ਵਡਿਆਈ ਕਰਦੇ ਹਾਂ, ਅਸੀਂ ਤੇਰੀ ਵਡਿਆਈ ਕਰਦੇ ਹਾਂ। ਇਹ ਪਿਆਰੇ ਯੀਸ਼ੂ, ਹੇ ਪਿਆਰੇ ਯੀਸ਼ੂ, ਅਸੀਂ ਆਪਣੇ ਆਪ ਨੂੰ, ਅਸੀਂ ਆਪਣੇ ਆਪ ਨੂੰ, ਆਪਣੇ ਪਰਿਵਾਰ ਸਮੇਤ, ਆਪਣੇ ਪਰਿਵਾਰ ਸਮੇਤ ਤੇਰੀ ਅੱਗੇ ਸੌਂਪਦੇ ਹਾਂ, ਤੇਰੀ ਅੱਗੇ ਸੌਂਪਦੇ ਹਾਂ। ਅਸੀਂ ਆਪਣੇ ਇਲਾਕਿਆਂ ਨੂੰ, ਅਸੀਂ ਆਪਣੇ ਇਲਾਕਿਆਂ ਨੂੰ, ਸਾਡੇ ਡੀਨਰੀ ਨੂੰ, ਸਾਡੀ ਡੀਨਰੀ ਨੂੰ ਤੇਰੇ ਅੱਗੇ ਸੌਂਪਦੇ ਹਾਂ, ਤੇਰੇ ਅੱਗੇ ਸੌਂਪਦੇ ਹਾਂ। ਸਾਡੇ ਡੀਨਰੀ ਦੇ, ਸਾਡੇ ਡੀਨਰੀ ਦੇ ਸਾਰੇ ਫਾਦਰ ਸਾਹਿਬਾਨਾਂ ਨੂੰ, ਸਾਰੇ ਫਾਦਰ ਸਾਹਿਬਾਨਾਂ ਨੂੰ, ਸਿਸਟਰ ਸਾਹਿਬਾਨਾਂ ਨੂੰ, ਸਿਸਟਰ ਸਾਹਿਬਾਨਾਂ ਨੂੰ, ਮੁਨਾਦਾ ਨੂੰ, ਮੁਨਾਦਾ ਨੂੰ, ਸਾਰੇ ਪਰਿਵਾਰਾਂ ਨੂੰ, ਸਾਰੇ ਪਰਿਵਾਰਾਂ ਨੂੰ ਤੇਰੇ ਅੱਗੇ ਸੌਂਪਦੇ ਹਾਂ, ਤੇਰੇ ਅੱਗੇ ਸੌਂਪਦੇ ਹਾਂ। ਮਾਂ ਮਰੀਅਮ ਦੀ, ਮਾਂ ਮਰੀਅਮ ਦੀ ਤਿਉਹਾਰ ਮਨਾਉਣ ਲਈ, ਤਿਉਹਾਰ ਮਨਾਉਣ ਦੇ ਲਈ ਅਸੀਂ ਜਦੋਂ ਇਕੱਠੇ ਹੋਏ ਹਾਂ, ਇਕੱਠੇ ਹੋਏ ਹਾਂ, ਇਹ ਪਿਆਰੇ ਯੀਸ਼ੂ, ਇਹ ਪਿਆਰੇ ਯੀਸ਼ੂ, ਸਾਨੂੰ ਸ਼ਾਂਤੀ ਪ੍ਰਦਾਨ ਕਰ, ਸਾਨੂੰ ਸ਼ਾਂਤੀ ਪ੍ਰਦਾਨ ਕਰ। ਸ਼ਾਂਤੀ ਦੀ ਰਾਣੀ, ਸ਼ਾਂਤੀ ਦੀ ਰਾਣੀ, ਮੁਬਾਰਕ ਮਾਂ ਮਰੀਅਮ ਦੀ, ਮੁਬਾਰਕ ਮਾਂ ਮਰੀਅਮ ਦੀ ਸਿਫਾਰਿਸ਼ ਦੇ ਰਾਹੀਂ, ਸਿਫਾਰਿਸ਼ ਦੇ ਰਾਹੀਂ ਸਾਡੇ ਪਰਿਵਾਰ ਦੇ ਵਿੱਚ, ਸਾਡੇ ਪਰਿਵਾਰ ਦੇ ਵਿੱਚ ਸ਼ਾਂਤੀ ਲਿਆਵੋ, ਸ਼ਾਂਤੀ ਲਿਆਵੋ। ਇਹ ਪਿਆਰੇ ਪ੍ਰਭੂ, ਹੇ ਸਾਡੇ ਪ੍ਰਭੂ, ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਅਸੀਂ ਤੇਰੀ ਵਡਿਆਈ ਕਰਦੇ ਹਾਂ, ਅਸੀਂ ਤੇਰੀ ਵਡਿਆਈ ਕਰਦੇ ਹਾਂ, ਅਸੀਂ ਤੇਰੀ ਆਰਾਧਨਾ ਕਰਦੇ ਹਾਂ, ਅਸੀਂ ਤੇਰੀ ਆਰਾਧਨਾ ਕਰਦੇ ਹਾਂ। ਹਾਲੇਲੂਇਆ, 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 ਹਾਲੇਲੂਇਆ। ਇਹ ਪ੍ਰਭੂ ਯੀਸ਼ੂ, ਆਪਣੇ ਇਲਾਕੇ ਵਿੱਚ, ਆਪਣੇ ਇਲਾਕੇ ਵਿੱਚ ਜਿਤਨੇ ਵੀ ਮਰੀਜ਼ ਲੋਕ ਹੈ, ਜਿੰਨੇ ਵੀ ਗਰੀਬ ਲੋਕ ਹੈ, ਜਿਤਨੇ ਲੋਕ ਬਿਮਾਰ ਹੈ, ਜਿੰਨੇ ਵੀ ਲੋਕ ਬਿਮਾਰ ਹੈ, ਉਹਨਾਂ ਸਭ ਲਈ, ਉਹਨਾਂ ਸਭ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ, ਅਸੀਂ ਪ੍ਰਾਰਥਨਾ ਕਰਦੇ ਹਾਂ। ਅੱਜ ਇੱਥੇ ਆਏ ਹੋਏ, ਅੱਜ ਇੱਥੇ ਆਏ ਹੋਏ ਸ਼ਰਧਾਲੂਆਂ ਲਈ, ਸ਼ਰਧਾਲੂਆਂ ਲਈ ਪ੍ਰਾਰਥਨਾ ਕਰਦੇ ਹਾਂ, ਪ੍ਰਾਰਥਨਾ ਕਰਦੇ ਹਾਂ। ਇਹ ਪ੍ਰਭੂ ਯੀਸ਼ੂ, ਇਹ ਪ੍ਰਭੂ ਯੀਸ਼ੂ, ਸਾਨੂੰ ਹਰ ਖਤਰੇ ਵਿੱਚੋਂ ਬਚਾਵੋ, ਸਾਨੂੰ ਹਰ ਖਤਰੇ ਵਿੱਚੋਂ ਬਚਾਵੋ, ਹਰ ਬਿਮਾਰੀ ਵਿੱਚੋਂ ਬਚਾਵੋ, ਹਰ ਬਿਮਾਰੀ ਵਿੱਚੋਂ ਬਚਾਵੋ, ਆਪਣੇ ਪਾਕ ਲਹੂ ਨਾਲ, ਆਪਣੇ ਪਾਕ ਲਹੂ ਨਾਲ। ਇਹ ਪ੍ਰਭੂ ਯੀਸ਼ੂ, ਇਹ ਪ੍ਰਭੂ ਯੀਸ਼ੂ, ਸਾਨੂੰ ਧੋ ਦੋ, ਸਾਨੂੰ ਧੋ ਦੋ, ਅਤੇ ਸਾਨੂੰ ਸੁਰੱਖਿਅਤ ਬਣਾਵੋ, ਸਾਨੂੰ ਸੁਰੱਖਿਅਤ ਬਣਾਵੋ। ਕੋਰੋਨਾ ਵਾਇਰਸ ਦੀ ਬਿਮਾਰੀ ਵਿੱਚੋਂ, ਕੋਰੋਨਾ ਵਾਇਰਸ ਦੀ ਬਿਮਾਰੀ ਵਿੱਚੋਂ, ਹੇ ਪਿਆਰੇ ਯੀਸ਼ੂ, ਹੇ ਪਿਆਰੇ ਯੀਸ਼ੂ, ਸਾਨੂੰ ਬਚਾ ਕੇ ਰੱਖੋ, ਸਾਨੂੰ ਬਚਾ ਕੇ ਰੱਖੋ, ਆਪਣੇ ਪਾਕ ਲਹੂ ਨਾਲ, ਆਪਣੇ ਪਾਕ ਲਹੂ ਨਾਲ। ਹੇ ਪਿਆਰੇ ਪ੍ਰਭੂ, ਹੇ ਪਿਆਰੇ ਪ੍ਰਭੂ, ਸਾਨੂੰ ਧੋ ਦੋ, ਸਾਨੂੰ ਧੋ ਦੋ, ਅਤੇ ਸਾਨੂੰ ਸੁਰੱਖਿਅਤ ਬਣਾਵੋ, ਅਤੇ ਸਾਨੂੰ ਸੁਰੱਖਿਅਤ ਬਣਾਵੋ। ਅਸੀਂ ਤੇਰੀ ਵਡਿਆਈ ਕਰਦੇ ਹਾਂ, ਅਸੀਂ ਤੇਰੀ ਵਡਿਆਈ ਕਰਦੇ ਹਾਂ, ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਅਸੀਂ ਤੇਰੀ ਆਰਾਧਨਾ ਕਰਦੇ ਹਾਂ, ਅਸੀਂ ਤੇਰੀ ਆਰਾਧਨਾ ਕਰਦੇ ਹਾਂ। ਹਾਲੇਲੂਇਆ, 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 ਹਾਲੇਲੂਇਆ। ਖੁਦਾ ਦੀ ਵਡਿਆਈ ਹੋਵੇ, ਖੁਦਾ ਦੀ ਵਡਿਆਈ ਹੋਵੇ, ਖੁਦਾ ਦਾ ਧੰਨਵਾਦ ਹੋਵੇ, ਖੁਦਾ ਦਾ ਧੰਨਵਾਦ ਹੋਵੇ। ਪ੍ਰਭੂ ਯੀਸ਼ੂ ਦੀ ਵਡਿਆਈ ਹੋਵੇ, ਪ੍ਰਭੂ ਯੀਸ਼ੂ ਦੀ ਵਡਿਆਈ ਹੋਵੇ, ਪ੍ਰਭੂ ਯੀਸ਼ੂ ਦਾ ਧੰਨਵਾਦ ਹੋਵੇ, ਪ੍ਰਭੂ ਯੀਸ਼ੂ ਦਾ ਧੰਨਵਾਦ ਹੋਵੇ। ਹਾਲੇਲੂਇਆ, 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 ਹਾਲੇਲੂਇਆ। ਇਹ ਪਿਆਰੇ ਯੀਸ਼ੂ, ਇਹ ਪਿਆਰੇ ਯੀਸ਼ੂ, ਪਵਿੱਤਰ ਆਤਮਾ ਦੇ ਨਾਲ, ਪਵਿੱਤਰ ਆਤਮਾ ਦੇ ਨਾਲ ਸਾਨੂੰ ਭਰਪੂਰ ਕਰੋ, ਸਾਨੂੰ ਭਰਪੂਰ ਕਰੋ। ਆਤਮਾ ਦੀ ਅਗਵਾਈ ਹੇਠ, ਆਤਮਾ ਦੀ ਅਗਵਾਈ ਹੇਠ ਜੀਵਨ ਗੁਜ਼ਾਰਨ ਲਈ, ਜੀਵਨ ਗੁਜ਼ਾਰਨ ਦੇ ਲਈ ਇਹ ਪ੍ਰਭੂ ਯੀਸ਼ੂ, ਪ੍ਰਭੂ ਯੀਸ਼ੂ, ਸਾਨੂੰ ਸ਼ਕਤੀ ਦੇ ਦਿਓ, ਸਾਨੂੰ ਸ਼ਕਤੀ ਦੇਵੋ। ਪਵਿੱਤਰ ਆਤਮਾ ਨਾਲ, ਪਵਿੱਤਰ ਆਤਮਾ ਨਾਲ ਸਾਨੂੰ ਭਰ ਦਿਓ, ਸਾਨੂੰ ਭਰ ਦੇਵੋ। ਆਤਮਾ ਦੀ ਫਲ,
आत्मा दे फल अते वरदाना नाल अते वरदान दे नाल सानू भरपूर करो सानू भरपूर करो कलीसिया दे विच कलीसिया दे विच एकता बनाई रखन लई एकता बनाई रखन लई आपसी प्यार विच रहन लई आपसी प्यार दे विच रहन दे लई विश्वास दी गवाही देन लई विश्वास दी गवाही देन दे लई आत्मा दे नाल आत्मा दे नाल सानू अभिषेक करो सानू अभिषेक करो हालेलुया 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 पवित्र आत्मा दी अभिषेक दली आत्मा दे एक गीत रूपाक दे गीत राही असी परमेश्वर दी आराधना करांगे हालेलुया 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 ए प्यारे प्रभु पवित्र आत्मा नाल सानू भरपूर करो हालेलुया 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 साडे परिवार दे विचों साडे इलाके दूर चले जान ए प्यारे यीशु अपने पाक सलीब दे शक्ति दे नाल अपने पाक सलीब दी शक्ति दे नाल पाप बुराई दी ताकत नु साडे तो दूर कर दे अपने पवित्र लहू नाल अपने पवित्र लहू नाल साडे ते मोहर लगा के सानू सुरक्षित बनावो अपनी आत्मा नाल सानू भरपूर करो हालेलुया 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 असि फिर गावांगे अपने रूह दे नाल सारे ताली बजा के मैनू अपनी रूह दे नाल पर दे है खुदा मैनू अपनी रूह दे नाल पर दे है खुदा मैनू यीशु दे लहू दे नाल साफ कर दे है खुदा ਮੈਨੂੰ ਯਿਸੂ ਦੇ ਲਹੂ ਦੇ ਨਾਲੇ ਸਾਫ ਕਰ ਦੇ ਏ ਖੁਦਾ ਮੈਨੂੰ ਆਪਣੀ ਰੂਹ ਦੇ ਨਾਲ ਭਰ ਦੇ ਏ ਖੁਦਾ ਮੈਨੂੰ ਆਪਣੀ ਰੂਹ ਦੇ ਨਾਲ ਭਰ ਦੇ ਏ ਖੁਦਾ ਭਰ ਦੇ ਏ ਖੁਦਾ ਭਰ ਦੇ ਏ ਖੁਦਾ ਦਾ ਧੰਨਵਾਦ ਕਰਦੇ ਹੋਏ ਉਸਤਤ ਕਰਦੇ ਹੋਏ ਵਡਿਆਈ ਕਰਦੇ ਹੋਏ ਆਪਣੇ ਪਰਿਵਾਰ ਦੇ ਲਈ ਮਾਂ ਬਾਪ ਭੈਣ ਭਰਾਵਾਂ ਦੇ ਲਈ ਬੱਚਿਆਂ ਲਈ ਜੀਵਨ ਸਾਥੀ ਦੇ ਲਈ ਸਾਰੇ ਮੋਏ ਹੋਏ ਬਜ਼ੁਰਗਾਂ ਦੇ ਲਈ ਭੈਣ ਭਰਾਵਾਂ ਲਈ ਦੁਆ ਕਰੀਏ ਸੱਚਮੇ ਪ੍ਰਭੂ ਖੁਦਾ ਕਿਰਪਾ ਦੇ ਫਸਲਾਂ ਨਾਲ ਭਰਪੂਰ ਕਰ ਦੇਵੇਗਾ ਦਿਲ ਤੋਂ ਪ੍ਰਭੂ ਦਾ ਧੰਨਵਾਦ ਉਸਤਤ ਕਰਦੇ ਹੋਏ ਚਸ਼ਮਾ ਬਣ ਜਾਵਾ ਤੇਰਾ ਉੱਚਾ ਕਰ ਦਾਨਾ ਤੇਰਾ ਚਸ਼ਮਾ ਬਣ ਜਾਵਾ ਤੇਰਾ ਉੱਚਾ ਕਰ ਦਾਨਾ ਤੇਰਾ ਚਸ਼ਮਾ ਬਣ ਜਾਵਾ ਤੇਰਾ ਉੱਚਾ ਕਰ ਦਾਨਾ ਤੇਰਾ ਚਸ਼ਮਾ ਮੈਨੂੰ ਆਪਣੀ ਰੂਹ ਦੇ ਨਾਲ ਭਰ ਦੇ ਹੈ
हालेलुया 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 असि अपनिया जो भी दिली इच्छावा है मां मरियम दे हत्थां दे राही जो प्रभु वल चढ़ाना चाहुंदा है उन्हां सब नूं असी प्रभु दे चरणां विच रखिए। असी सब हुण थोड़े समय दे लई असी अपने दिल विचों प्रभु की आराधना वडियाई स्तुति करते हुए साडियां अपनियां लोड़ां प्रभु दे अगे सौंपीए। सभी लोग अपने मूँह खोल के प्रभु की स्तुति आराधना अते अपने दिल विचों जो प्रार्थना करना चाहुंदा है वह प्रभु नूं दसना है। हुण सारे मिलके असी प्रभु की आराधना करांगे। हालेलुया 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 सारे मिलके हालेलुया 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 प्रभु जी तेरी आराधना तेरी बड़ियाई तेरी महिमा होवे। हालेलुया हालेलुया हाथ फैला के सारे हाथ फैला के प्रभु जी आराधना करिए। हालेलुया 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 यीशु जी तेरी आराधना तेरी बड़ियाई तेरी महिमा कर दिया प्यारे प्रभु तेरी आराधना तेरी बड़ियाई होवे। प्यारे यीशु जो तेनु पुकारदा है जो दिलों तेनु पुकारदा है इन्हां लोकां दी प्रार्थना सुन प्रभु यीशु। प्यारे यीशु तो दयालु है रहम दिल वाला है सब लोग आते दया कर फतेहगढ़ चुड़िया दीनरी दे सारे इलाके दे लोग आते दया कर। प्यारे प्रभु हर किस्म की पाप बुराई शैतानी ताकत जो थे कम करता है इन्हें तेरे पवित्र नाम की शक्ति नाल तेरे पाप शरीर शक्ति नाल फट कुर्बानी समय चढ़ाने वाले सारी कुर्बानी शक्ति नाल हुक्म दिता है कि हर किस्म की पाप बुराई की शैतानी ताकत दूर हो जाए ते पाप शरीर में लगे फुट दिता जाए तो कमांड पाओ सो डार्कनेस से दूर को दिखा भेद भी तसी तो सब जी अपने न्याय का भी ना चुना करो अपने आप मनाल पर भूर कर तेरी आराधना हो। हालेलुया हालेलुया लॉर्ड हील ब्रिंग हीलिंग टू ऑल पीपल हु आर सिक एंड सफरिंग जिनका तेरे रोजगार नहीं है प्रभु जी दया कर। हालेलुया 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 प्रभु जी तेरी आराधना तेरी बड़ाई तेरी महिमा कर दिया। हालेलुया 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 यीशु तेरी आराधना होवे प्रभु जी तेरी आराधना तेरी बड़ाई तेरी महिमा होवे। हालेलुया 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 यीशु की तेरी आराधना होवे। हालेलुया 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 थैंक यू लॉर्ड प्रेज़ लॉर्ड। हालेलुया 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 यीशु 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 हालेलुया अपनी बड़ाई करता वरदान हालेलुया थैंक यू हालेलुया 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 यीशु तेरा धन्यवाद कर दिया ਤੁਹਾਡੀ ਮਾਇਆ ਹਾਲੇਲੂਯਾ ਹਾਲੇਲੂਯਾ ਸ਼ੂ ਕੇ ਚੰਗਿਆਈ ਦਾ ਬਾਰਕ ਦੋ ਆਪਣੀ ਰਾਂ ਦੀ ਵਡਿਆਈ ਕਰਨ ਦਾ ਵਰਦਾਨ ਬਖਸ਼ ਦੋ। ਹਾਲੇਲੂਯਾ 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 ਅਸੀਂ ਗੋਟਨੇ ਟਿਕਾਂਗੇ ਤੇ ਆਪਣੇ ਆਪ ਨੂੰ ਪਰਿਵਾਰ ਨੂੰ ਆਪਣੇ ਸਾਰੇ ਪਰਿਵਾਰ ਨੂੰ ਪ੍ਰਭੂ ਯੀਸ਼ੂ ਦੇ ਪਵਿੱਤਰ ਦਿਲ ਦੇ ਲਈ ਸਮਰਪਣ ਕਰੀਏ। ਮਾਂ ਮਰੀਮ ਦੇ ਬੇਦਾਗ ਦਿਲ ਦੇ ਰਾਹੀਂ ਪ੍ਰਭੂ ਦੇ ਲਈ ਅਸੀਂ ਆਪਣੇ ਆਪ ਨੂੰ ਸੌਂਪ ਦੇਵਾਂਗੇ। ए प्रभु यीशु अज असी अपने परिवार नू अपने इलाकियां नू तेरे पवित्र दिल दे सामने अर्पण कर दे हां। ए प्रभु संदनी मार्गरेट मेरी अलखोक नू वास करना चाहुंदा है तेरी इस इच्छा दे अनुसार प्रभु यीशु असी मंगदे हां कि तू ही साडे घर दा राजा बन के साडे परिवार उते राज कर असी वायदा करदे हां कि असी सारियां गल्लां ते कमान दे विच तेरी मर्जी नूं पूरा करांगे पूरा करांगे। ए प्रभु साडी रोजाना जिंदगी दिया कोशिशा अते मेहनतानू सफलता
सफल बना दे, सफल बना दे। दुख ते मुसीबतां दे समय, दुख ते मुसीबतां दे समय सानूं दिलासा दे, सानूं दिलासा दे। ते साडियां खुशियां नूं, साडियां खुशियां नूं पवित्र कर, पवित्र कर। जदों मसीह कमजोर हो जांदे हां, जदों मसीह कमजोर हो जांदे हां, सानूं मजबूती दे, सानूं मजबूती दे। अते अजमायशां दा सामना करन दे समय, अते अजमायशां दा सामना करन दे समय उनां उत्ते जित पावन दी शक्ति प्रदान कर, साडे परिवारां नूं, साडे परिवारां नूं हमेशा अपनी पाक हजूरी विच, हमेशा अपनी पाक हजूरी विच संभाल के रख, संभाल के रख। सानू कदी भी, सानू कदी भी अपने तो अलग ना होण दे, अपने तो अलग ना होण दे। जेकर साडे परिवार दे विचों, जेकर साडे परिवार दे विचों कोई भी अपने गुनाह दे कारण, कोई भी अपने गुनाह दे कारण तुहानू नाराज करे, तुहानू नाराज करे, तां ए रहम दे लई यीशु ਉਹਨਾਂ ਨੂੰ ਮਾਫ ਕਰ ਦੇ, ਉਹਨਾਂ ਨੂੰ ਮਾਫ ਕਰ ਦੇ। ਸਾਡੇ ਘਰ ਵਿੱਚ ਰਹਿਣ ਵਾਲੇ, ਸਾਡੇ ਘਰ ਵਿੱਚ ਰਹਿਣ ਵਾਲੇ ਸਾਰਿਆਂ ਨੂੰ ਆਸ਼ੀਰਵਾਦ ਦੇ, ਸਾਰਿਆਂ ਨੂੰ ਆਸ਼ੀਰਵਾਦ ਦੇ, ਤਾਂ ਜੋ ਕੋਈ ਵੀ, ਤਾਂ ਜੋ ਕੋਈ ਵੀ ਸਾਡੇ ਘਰ ਵਿੱਚੋਂ, ਸਾਡੇ ਘਰ ਵਿੱਚੋਂ ਕਿਸੇ ਵੀ ਕਾਰਨ, ਕਿਸੇ ਵੀ ਕਾਰਨ ਦੂਰ ਨਾ ਹੋਵੇ, ਦੂਰ ਨਾ ਹੋਵੇ। ਉਹਨਾਂ ਨੂੰ ਆਪਣੇ ਪਿਆਰ ਦੀ ਛਾਂ ਹੇਠ ਰੱਖ, ਉਹਨਾਂ ਨੂੰ ਆਪਣੇ ਪਿਆਰ ਦੀ ਛਾਂ ਹੇਠ ਰੱਖ। ਅਸਾਂ ਸਾਰਿਆਂ ਨੂੰ, ਅਸਾਂ ਸਾਰਿਆਂ ਨੂੰ ਹਮੇਸ਼ਾ ਆਪਣੇ ਪਿਆਰ, ਹਮੇਸ਼ਾ ਆਪਣੇ ਪਿਆਰ ਅਤੇ ਸੁਰੱਖਿਆ ਵਿੱਚ ਰੱਖ, ਅਤੇ ਸੁਰੱਖਿਆ ਵਿੱਚ ਰੱਖ। ਸਾਡੇ ਪਰਿਵਾਰਾਂ ਨੂੰ, ਸਾਡੇ ਪਰਿਵਾਰਾਂ ਨੂੰ ਹਰ ਤਰ੍ਹਾਂ ਦੇ ਖਤਰੇ, ਹਰ ਤਰ੍ਹਾਂ ਦੇ ਖਤਰੇ ਬਿਮਾਰੀਆਂ, ਬਿਮਾਰੀਆਂ ਅਤੇ ਸ਼ੈਤਾਨ ਦੀਆਂ ਅਜਮਾਇਸ਼ਾਂ ਤੋਂ, ਅਤੇ ਸ਼ੈਤਾਨ ਦੀਆਂ ਅਜਮਾਇਸ਼ਾਂ ਤੋਂ ਬਚਾ ਕੇ ਰੱਖ, ਬਚਾ ਕੇ ਰੱਖ। ਇਸ ਸੰਸਾਰ ਨੂੰ ਛੱਡ ਕੇ, ਇਸ ਸੰਸਾਰ ਨੂੰ ਛੱਡ ਕੇ ਤੇਰੀ ਹਜ਼ੂਰੀ ਵਿੱਚ ਪਹੁੰਚਣ ਤੱਕ, ਤੇਰੀ ਹਜ਼ੂਰੀ ਵਿੱਚ ਪਹੁੰਚਣ ਤੱਕ ਤੇਰੀ ਵਡਿਆਈ ਕਰਕੇ, ਤੇਰੀ ਵਡਿਆਈ ਕਰਦੀ ਰੋਜ਼ਾਨਾ ਜ਼ਿੰਦਗੀ ਜੀਉਣ ਲਈ, ਰੋਜ਼ਾਨਾ ਜ਼ਿੰਦਗੀ ਜੀਉਣ ਲਈ ਸਾਨੂੰ ਸਾਰਿਆਂ ਨੂੰ ਸ਼ਕਤੀ ਦੇ, ਸਾਨੂੰ ਸਾਰਿਆਂ ਨੂੰ ਸ਼ਕਤੀ ਦੇ। ਸਾਡੇ ਪਰਿਵਾਰਾਂ ਦੇ, ਸਾਡੇ ਪਰਿਵਾਰਾਂ ਦੇ ਮੋਏ ਹੋਏ ਭੈਣ ਭਰਾਵਾਂ ਨੂੰ, ਉਹਨਾਂ ਦੇ ਗੁਨਾਹਾਂ ਤੋਂ ਮਾਫੀ ਦੇ, ਉਹਨਾਂ ਦੇ ਗੁਨਾਹ ਤੋਂ ਮਾਫੀ ਦੇ ਅਤੇ ਉਹਨਾਂ ਨੂੰ ਆਪਣੀ ਹਜ਼ੂਰੀ ਵਿੱਚ, ਅਤੇ ਉਹਨਾਂ ਨੂੰ ਆਪਣੀ ਹਜ਼ੂਰੀ ਵਿੱਚ ਹਮੇਸ਼ਾ ਦੀ ਜ਼ਿੰਦਗੀ, ਹਮੇਸ਼ਾ ਦੀ ਜ਼ਿੰਦਗੀ ਅਤੇ ਸ਼ਾਂਤੀ ਪ੍ਰਦਾਨ ਕਰ, ਅਤੇ ਸ਼ਾਂਤੀ ਪ੍ਰਦਾਨ ਕਰ। ਹੇ ਪ੍ਰਭੂ ਯੇਸ਼ੂ, ਹੇ ਪ੍ਰਭੂ ਯੇਸ਼ੂ ਆਪਣੇ ਪਿਆਰ ਨੂੰ, ਆਪਣੇ ਪਿਆਰ ਨੂੰ ਹਮੇਸ਼ਾ ਸਾਡੇ ਘਰ ਵਿੱਚ ਬਣਾਈ ਰੱਖ, ਹਮੇਸ਼ਾ ਸਾਡੇ ਘਰ ਵਿੱਚ ਬਣਾਈ ਰੱਖ, ਤਾਂ ਕਿ ਅਸੀਂ ਸਾਰੇ, ਤਾਂ ਕਿ ਅਸੀਂ ਸਾਰੇ ਆਪਸੀ ਪਿਆਰ ਵਿੱਚ ਰਹੀਏ, ਆਪਸੀ ਪਿਆਰ ਵਿੱਚ ਰਹੀਏ ਅਤੇ ਇੱਕ ਦੂਜੇ ਦੀ ਇੱਜ਼ਤ ਕਰੀਏ, ਇੱਕ ਦੂਜੇ ਦੀ ਇੱਜ਼ਤ ਕਰੀਏ, ਇੱਕ ਦੂਜੇ ਦੀਆਂ ਗਲਤੀਆਂ ਨੂੰ ਮਾਫ ਕਰੀਏ, ਇੱਕ ਦੂਜੇ ਦੀ ਗਲਤੀਆਂ ਨੂੰ ਮਾਫ ਕਰੀਏ ਅਤੇ ਇੱਕ ਦੂਜੇ ਦੀਆਂ ਕਮੀਆਂ ਨੂੰ, ਅਤੇ ਇੱਕ ਦੂਜੇ ਦੀਆਂ ਕਮੀਆਂ ਨੂੰ ਦੂਰ ਕਰਨ ਲਈ, ਦੂਰ ਕਰਨ ਲਈ ਮਦਦ ਕਰ ਸਕੀਏ, ਮਦਦ ਕਰ ਸਕੀਏ। ਐ ਪ੍ਰਭੂ, ਐ ਪ੍ਰਭੂ ਸਾਡਾ ਆਪਸੀ ਪਿਆਰ, ਸਾਡਾ ਆਪਸੀ ਪਿਆਰ ਸਾਡੇ ਗਵਾਂਢੀਆਂ ਦੇ ਲਈ, ਸਾਡੇ ਗਵਾਂਢੀਆਂ ਦੇ ਲਈ ਤੇਰੇ ਪਿਆਰ ਨੂੰ ਸਮਝਣ ਲਈ, ਤੇਰੇ ਪਿਆਰ ਨੂੰ ਸਮਝਣ ਦੇ ਲਈ ਵਸੀਲਾ ਬਣੇ, ਵਸੀਲਾ ਬਣੇ ਤੇਰੇ ਪਾਕ ਦਿਲ ਦੇ ਅੱਗੇ, ਤੇਰੇ ਪਾਕ ਦਿਲ ਦੇ ਅੱਗੇ ਇਸ ਸਮਰਪਣ ਦੇ ਰਾਹੀਂ, ਇਸ ਸਮਰਪਣ ਦੇ ਰਾਹੀਂ ਇਹ ਪ੍ਰਭੂ, ਇਹ ਪ੍ਰਭੂ ਸਾਡੇ ਮੁਹੱਲੇ ਅਤੇ ਪਿੰਡ ਨੂੰ ਵੀ, ਸਾਡੇ ਮੁਹੱਲੇ ਅਤੇ ਪਿੰਡ ਨੂੰ ਵੀ ਬਰਕਤ ਪ੍ਰਦਾਨ ਕਰ, ਬਰਕਤ ਪ੍ਰਦਾਨ ਕਰ। ਹੈ ਪ੍ਰਭੂ, ਹੈ ਪ੍ਰਭੂ ਸਾਡੇ ਘਰ ਵਿੱਚ ਆਉਣ ਵਾਲੇ, ਸਾਡੇ ਘਰ ਵਿੱਚ ਆਉਣ ਵਾਲੇ ਹਰ ਕਿਸੇ ਨੂੰ, ਹਰ ਕਿਸੇ ਨੂੰ ਤੇਰਾ ਪਿਆਰ ਮਹਿਸੂਸ ਹੋਵੇ, ਤੇਰਾ ਪਿਆਰ ਮਹਿਸੂਸ ਹੋਵੇ। ਹੈ ਯੇਸ਼ੂ ਦੇ ਨਿਹਾਇਤ ਪਵਿੱਤਰ ਦਿਲ, ਹੈ ਯੇਸ਼ੂ ਦੇ ਨਿਹਾਇਤ ਪਵਿੱਤਰ ਦਿਲ ਤੇਰੇ ਅੱਗੇ ਸਾਡੇ ਪਰਿਵਾਰ ਦਾ, ਤੇਰੇ ਅੱਗੇ ਸਾਡੇ ਪਰਿਵਾਰ ਦਾ ਇਹ ਸਮਰਪਣ ਕਬੂਲ ਕਰ, ਇਹ ਸਮਰਪਣ ਕਬੂਲ ਕਰ ਅਤੇ ਸਾਡੇ ਘਰ ਨੂੰ, ਅਤੇ ਸਾਡੇ ਘਰ ਨੂੰ ਆਪਣੀ ਮਲਕੀਅਤ ਬਣਾ, ਆਪਣੀ ਮੰਜ਼ਿਲ ਬਣਾ। ਮਾਂ ਮਰੀਮ ਦੇ ਬੇਦਾਗ ਦਿਲ, ਮਾਂ ਮਰੀਮ ਦੇ ਬੇਦਾਗ ਦਿਲ ਅਤੇ ਸੰਤ ਯੂਸਫ, ਅਤੇ ਸੰਤ ਯੂਸਫ ਸਾਡੇ ਸਮਰਪਣ ਨੂੰ, ਸਾਡੇ ਸਮਰਪਣ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਪਹੁੰਚਾ, ਪ੍ਰਭੂ ਦੀ ਹਜ਼ੂਰੀ ਵਿੱਚ ਪਹੁੰਚਾ ਅਤੇ ਇਸੇ ਸਮਰਪਣ ਨੂੰ, ਅਤੇ ਇਸੇ ਸਮਰਪਣ ਨੂੰ ਇਹਦੇ ਵਿੱਚ ਬਣਾਈ ਰਹਿਣ ਲਈ, ਇਹਦੇ ਵਿੱਚ ਬਣਾਈ ਰੱਖਣ ਲਈ ਸਾਡੀ ਮਦਦ ਕਰ, ਸਾਡੀ ਮਦਦ ਕਰ। ਅਸੀਂ ਹੁਣ ਪਾਕ ਸ਼ਰਾਗ ਦੀ ਬੰਦਗੀ ਦੇ ਗੀਤ ਗਾਵਾਂਗੇ ਆਸ਼ੀਰਵਾਦ ਸਵੀਕਾਰ ਕਰਨ ਲਈ ਇਸ ਇਲਾਕੀ ਭੇਦ ਨੂੰ। ਇਲਾਹੀ ਤੇ
सिजदा करिए बारी ਅਸਮਾਨੀ ਰੋਟੀ ਦਿੱਤੀ ਜਿਸ ਵਿੱਚ ਹਰ ਤਰ੍ਹਾਂ ਦਾ ਗ੍ਰਸ ਮਿਲਦਾ ਹੈ ਅਸੀਂ ਪ੍ਰਾਰਥਨਾ ਕਰੀਏ ਏ ਖੁਦਾ ਤੂੰ ਇਸ ਉੱਤਮ ਸਾਕਰਮੈਂਟ ਰਾਹੀਂ ਆਪਣੇ ਦੁੱਖ ਭੋਗ ਦੀ ਇੱਕ ਯਾਦਗਾਰ ਦਿੱਤੀ ਹੈ ਸਾਨੂੰ ਆਪਣੇ ਬਦਨ ਅਤੇ ਲਹੂ ਦੇ ਪਵਿੱਤਰ ਭੇਤ ਦਾ ਇਸ ਪ੍ਰਕਾਰ ਆਦਰਨ ਕਰਨ ਦਾ ਫਸਲ ਬਖਸ਼ ਕਿ ਅਸੀਂ ਸਦਾ ਮੁਕਤੀ ਦੇ ਫਲ ਨੂੰ ਅਨੁਭਵ ਕਰੀਏ ਤੂੰ ਜੋ ਜੀਵੰਦਾ ਅਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ ਆਮੀਨ ਫਤਿਹਗੜ੍ਹ ਡੀਨਰੀ ਦੇ ਵਿੱਚੋਂ ਆਏ ਹੋਏ ਸਾਰੇ ਵਿਸ਼ਵਾਸੀਆਂ ਦਾ ਜੀ ਆਇਆ ਆਖਦੇ ਹਾਂ ਮੈਨੂੰ ਪਤਾ ਨਹੀਂ ਅਜੇ ਵੀ ਬਾਹਰ ਲੋਕ ਖੜ੍ਹੇ ਹੈ ਐਸੇ ਨਾ ਹੋਵੇ ਕਿ ਸਵਰਗ ਦੇ ਦਰਵਾਜ਼ੇ ਤੱਕ ਪਹੁੰਚ ਕੇ ਫਿਰ ਬਾਹਰ ਰਹਿਣੇ ਕੀ ਕੰਮ ਨਹੀਂ ਕਰਨਾ ਹਾਂ ਗਿਰਜੇ ਦੇ ਲਾਗੇ ਤੱਕ ਪਹੁੰਚਾ ਅਤੇ ਫਿਰ ਬਾਹਰ ਖੜ੍ਹੇ ਰਹਿਣ ਦਾ ਮਤਲਬ ਨਹੀਂ ਸਾਰਿਆਂ ਨੂੰ ਜਿਸ ਮਕਸਦ ਲਈ ਆਇਆ ਹੈ ਉਸ ਦੇ ਲਈ ਆਉਣਾ ਚਾਹੀਦਾ ਹੈ
जो बाहर हुन भी खलौंदा है वो अंदर आके अपनी जगह संभाल के रखन। सानू पता है कि कोरोना वायरस दी फैल दा डर है, इसी करके ऐसे व्यवहार नहीं करना कि कोरोना वायरस नहीं है या सानू नहीं मिलेगा, ऐसे सोच के नहीं रहना। ऐसे सोच के व्यवहार करना कि जिसका भी मैनू पता नहीं है, हो सकता है ओदे कोल कोरोना वायरस है, इस करके उस तो हम बच के रहना। तो अपने हाथ नू साफ रखना है, मास्क पहनना चाहिदा है। इस तरीके दे नाल असी जिथों तक हो सकते हैं इस बीमारी विचों बच के रखन दे लई कोशिश करना। कारण यही है कि जेकर असी अपने दिमाग सही इस्तेमाल नहीं करेगा, बाद विच शिकायतां लाउण दी कोई फायदा नहीं है कि मामरीन दे मेले च आ गया तो सानू कोरोना पकड़ लिया। ये कहन दा कोई मतलब नहीं है, क्योंकि प्रभु ने सानू दिमाग दिता है कि सही सोच समझ के कम करना है। एक साथ ये बैठदा है तो अपने परिवार दे नाल ही बैठना, बाकियां दे नाल एक साथ नहीं बैठना, दूरी बनाई रखना। जो रोजरी माला दी जो प्रोसेशन है, शोभा यात्रा है, उसमें भी सारे एकदम भीड़ बना के नहीं जाना, लाइन बना के आराम नाल चलना है। पाक शराकत स्वीकार करने लिए जदों आओगे उदों भी इसी तरह लाइन बना के आराम नाल दूरी रखे आना चाहिदा है। तो पाक शराकत जो पिछे स्वीकार करदा सी ते जो तैयार है सिर्फ उही आना है। तो अपने हथ दे विच ये हथ ऐसे रखे स्वीकार कर सकते हैं, नहीं तो फिर जीभ बाहर निकाल के स्वीकार करना है। तो माँ मरियम शांति दी राणी दी त्यौहार असी हर साल दी तरह नहीं मना पाए, पर फिर भी सब लोगों दे लई माँ मरियम जिद लई साडे डायसिस समर्पित है, ते साडी वड्डी गिरजा कैथीड्रल चर्च माँ मरियम शांति दी राणी दी तीर्थ स्थान है। तो इस जगह दे विच भक्ति पूर्वक जो आउंदा है माँ मरियम उन्हां नू जरूर आशीष देंगे, क्योंकि माँ मरियम दे राही संसार नू देण वाली सारियां फसलां वो पिछे रखेगा नहीं, सानू देगा जो सच्चे दिल नाल ओदे तों मंगदा है। तो प्रभु येशु दी मर्जी है माँ मरियम दे राही मुक्ति दादा मुक्ति संसार दे विच आया है। तो उस माँ मरियम दे अगे जो भक्ति नाल प्रार्थना करनगे, रोजरी माला दे जाप दे राही प्रार्थना करनगे, मुक्ति दियां पैदा उत्ते ध्यान करोगे, परमेश्वर दी फसल अते कृपा बहुतात विच सानू मिलनगे। तो इसी करके आवो असी हुण पाकमास दी कुरबानी चढ़ावनगे। फादर लोग जो पाकमास दी कुरबानी चढ़ावना है वो हुण वेस्ट करके पाकमास दी कुरबानी ले अगे आवनगे। असी सारे भक्ति दे नाल पवित्र कुरबानी दे विच भाग लईए। प्रवेश गीत असी हुण गावांगे।
ਮੇਰੀ ਹਜ਼ੂਰੀ ਦੇ ਵਿੱਚ ਆ ਕੇ ਮੇਰੀ ਸਦਾ ਦੀ ਜ਼ਿੰਦਗੀ ਉਹ ਪਾਲੇਂਦਾ ਰੱਖ ਕੇ ਨੇਸਾ ਜੋ ਆਵੇ ਤੇਰੀ ਹੀ ਹਜ਼ੂਰੀ ਵਿੱਚ ਰਹਿਣਾ ਚਾਹੁੰਦੀ ਆਂ ਯਿਸੂ ਤੇਰੀ ਹੀ ਹਜ਼ੂਰੀ ਵਿੱਚ ਰਹਿਣਾ ਚਾਹੁੰਦੀ ਆਂ ਤੂੰ ਮੇਰੀ ਕਰ ਅਗਵਾਈ ਦੇ ਮੈਨੂੰ ਪੇਸ਼ੇ ਆਪਣਾ ਵਾਦਾ ਕਰ ਦੇ ਪੂਰਾ ਰੱਖ ਮੈਨੂੰ ਖੰਭਾ ਦੇ ਆਪਣਾ ਵਾਦਾ ਕਰ ਦੇ ਪੂਰਾ ਰੱਖ ਮੈਨੂੰ ਤੂੰ ਖੰਭਾ ਦੇ ਹਜ਼ੂਰੀ ਵਿੱਚ ਰਹਿਣਾ ਚਾਹੁੰਦੀ ਆਂ ਮੈਂ ਤਾਂ ਤੇਰੀ ਹੀ ਹਜ਼ੂਰੀ ਵਿੱਚ ਰਹਿਣਾ ਚਾਹੁੰਦੀ ਆਂ ਤੇਰੀ ਹੀ ਹਜ਼ੂਰੀ ਵਿੱਚ ਰਹਿਣਾ ਚਾਹੁੰਦੀ ਆਂ ਧੰਨਵਾਦੀ ਮਾਣਾ ਨਾਲ ਧੰਨਵਾਦ ਕਰਦੇ ਹੋਏ ਉੱਚੀ ਆਵਾਜ਼ ਨਾਲ ਤਾਲੀ ਵਜਾ ਕੇ ਮੈਨੂੰ ਕਰ ਦੇ ਤੋ ਆਨੰਦ ਮੈਂ ਕਰਾਂ ਪ੍ਰਭੂ ਕੰਮ ਉਹੀ ਜਿਹੜੇ ਤੈਨੂੰ ਹਨ ਪਸੰਦ ਮੈਂ ਕਰਾਂ ਪ੍ਰਭੂ ਕੰਮ ਉਹੀ ਜਿਹੜੇ ਤੈਨੂੰ ਹਨ ਪਸੰਦ ਹਜ਼ੂਰੀ ਵਿੱਚ ਰਹਿਣਾ ਚਾਹੁੰਦੀ ਆਂ ਮੈਂ ਤਾਂ ਤੇਰੀ ਹੀ ਹਜ਼ੂਰੀ ਵਿੱਚ ਰਹਿਣਾ ਚਾਹੁੰਦੀ ਆਂ ਯਿਸੂ ਤੇਰੀ ਹੀ ਹਜ਼ੂਰੀ ਵਿੱਚ ਰਹਿਣਾ ਚਾਹੁੰਦੀ ਆਂ ਬਾਪ ਤੇ ਬੇਟੇ ਤੇ ਰੂਪ ਭਗਤ ਦੇ ਨਾਮ ਤੇ ਆਮੀਨ ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਨਾਲ ਵੀ ਹੋਵੇ ਯਿਸੂ ਮਸੀਹ ਵਿੱਚ ਮੇਰੇ ਪਿਆਰੇ ਭਰਾਵੋ ਤੇ ਭੈਣੋ ਅਤੇ ਵਿੱਚ ਮੇਰੀ ਜਾਨ ਪ੍ਰਭੂ ਦੀ ਉਸਤ ਕਰਦੀ ਹੈ ਜਦੋਂ ਜਬਰਾਇਲ ਫਰਿਸ਼ਤਾ ਮਾਮਰੀਮ ਕੋਲ ਆ ਗਿਆ ਮਾਮਰੀਮ ਦੱਸਿਆ ਮੇਰੀ ਜਾਨ ਪ੍ਰਭੂ ਦੀ ਉਸਤ ਕਰਦੀ ਹੈ ਅਸੀਂ ਸਾਰੇ ਰਸੂਲੀ ਕਲੀਸੀਆ ਦੇ ਮੈਂਬਰ ਲੋਕ ਮਾਂ ਮਰੀਮ ਨੂੰ ਇੱਜ਼ਤ ਦਿੰਦੇਗਾ ਜੀ ਹਾਂ ਆਰਾਧਨਾ ਖੁਦਾ ਦਾ ਹੈ ਅਸੀਂ ਖੁਦਾ ਨੇ ਦੇਣਾ ਹੈ ਪਰ ਮਾਂ ਮਰੀਮ ਪ੍ਰਭੂ ਯਿਸੂ ਮਸੀਹ ਦੀ ਮਾਂ ਹੈ ਇਸ ਵਰਗੇ ਹਰੇਕ ਵਿਸ਼ਵਾਸੀ ਮਤਲਬ ਹਰੇਕ ਕਾਤਲੀ ਕਲੀਸੀਆ ਦੇ ਮੈਂਬਰ ਅਤੇ ਹਰੇਕ ਇਨਸਾਨ
माँ मरियम नू इज्जत देना चाहिदा है। क्यों जदों बच्चे नू पूछ बच्चे बोलते हैं माँ मरियम प्रभु यीशु दी माँ है, दूसरा शख्स दी माँ है, मैं बोलता गल वो नहीं है, नहीं ये सच्चे माँ मरियम प्रभु यीशु मसीह दी माँ है। इस संसार विच होर कोई इंसान नहीं जिस तरह माँ मरियम वांग खुदा नू प्यार की थी। इस करके खुदा ने उन्होंने चुन लिया, आदे चुन लिया, आदे असीम माँ मरियम नू मेरी हेल्प ऑफ क्रिश्चियंस ईसाई का सगाई बोलते हैं। वो माँ मरियम सन हर वक्त माँ देने लई तैयार तैयार रहती है, पर असी उन्होंने कोल जाना चाहिए गे रोसरी माला पढ़ते हुए। कुछ लोग अपने घर में बहुत रोसरी माला टंगी आ गए, मैं देखा घर में जानते जो लोग पूछते गा तुम रोसरी माला पढ़ते गा या नहीं, अरे कभी कभी पढ़ते गा। मेरे प्यारे प्रभाव तो भेणों वो काम असं चढ़ना चाहिए, कभी कभी ना करो। रोजाना संत लुईस माउंटफोर्ट एक महान संत है, वो सानू सिखाते हैं कि जो कोई परिवार पूरे दिल नाल रोसरी माला पढ़ते हैं वो परिवार का कभी नाश नहीं होवेगा। तुम्हें मालूम होगा किन्ने परिवार का नाश हो रहा है। मैंने देखिया दक्षिण इंडिया भी के मतलब साउथ इंडिया भी के बहुत लोग, सिर्फ ईसाई लोग नहीं हिंदू लोग भी रोसरी माला पढ़ते हैं, क्योंकि वो बोलता असी रोसरी पढ़ते रहागी माँ मरियम सानू बहुत बरकत दिया है, सानू वक्फ वरदान दिया है। ठीक है, असी लोग अपने पेड़ा भरा हर रोज वक्फ वरदान लिए प्रार्थना करते हैं, पर असी वो उस तरह प्रार्थना करना चाहिए गे पूरे दिल नाल, अदे जिस तरह साढ़ा बाबू जी बोलते हैं अंदर तो ईसाई बनना बहुत जरूरी है। असी अंदर तो दिल खोल के असी प्रार्थना करना चाहिए गे, अभी दिल खोल के रोसरी माला पूरे दिल नाल पढ़ना उदम सानू बरकत आश जरूर मिलेगा, अदे परिवार विच शांति मिलेगी, परिवार विच खुशहाली होवेगा, अदे परिवार विच एकता जरूर होवेगा। संत लुईस माउंटफोर्ट सानू सिखाउंदेगा, ये कोई कहानी नहीं है, हजारों लाखों करोड़ों लोगों का तजर्बा है। जो उन्होंने रोसरी माला पढ़ना शुरू किया उन्होंने हर विच बरकत आ गया, खुदा की आश आ गया। इस करके अवश्य अपनी जिंदगी विच बदलाव लेके आइए, अभी खुदा नू प्यार करिए, खुदा की आराधना करिए, अभी साड़ी माँ मरियम नू असीं प्यार करिए, अदे उन्हां दा आदर भी करना चाहिए है। प्यारे भरावते भैणों, असीं खुदा दे परिवार वजों इकट्ठे होके फरोसे नाल खुदा बाप को अपने गुनाह की माफ़ी मंगी, क्योंकि वो मेहर ते प्यार नाल भरपूर गए। सारे फरिश्ते संता
तेरे लई खुदावन के करो दुआ सार मिलके पूरी कुदरत वाला कुदा साढ़े उदे दया करे और साढ़े गुनाहां नूं माफ करके सानूं सदीवी जीवन तक पहुंच जावे आमीन बाप
साड़िया तू बाप दे सच बैठा है वडे आई पूरी कला परमेश्वर है पर नहीं उठा है अरे खुदा बड़े आई महिमा हो वे खुदा दी तेरे दियो से नेक नियत लोका दे विच शांति स्वर्ग दे विच बड़े आई असी प्रार्थना करिए ये तरसमंद खुदा साड़िया कमजोरिया में साड़ा सगारा बन जा अपने बेटे दी बेदाग माम कुआरी मरियन दी सिफारिश रागी बख्शते कि असी गुनाहां तो बरी होके नवे जीवन बिच दाखल होइए साढ़े प्रभु यीशु मसीह बेटे रागी जो तेरे नाल रूप आगती एदा विच ये खुदा जीवन दा राज करता आगे स्ता तुम साथी क्रम आमीन। पाठ पहला फिलपियां दे नां संत पलूस दा पत्र तीन बाप सतारा ऐतों लैके चार बाप दी एक ऐत तक एह करन विच मेरे अनुसारी बनो प्रभु असी तुहाडे लई एक उदाहरण कायम कर दित्ती है उन्हां सब दे जीवना ते भी ध्यान देवो जो इस दी पैरवी करदे हन मैं तुहानू अक्सर दस्या है अते हुण एक वार फिर अथरू बहा के दस रहा हाँ कि बहुत सारे एहो जे लोग हन जो मसीह दी सलीब दे वैरियां वांग जीवन गुजार रहे हन उन्हां दा अंत नाश है उन्हां दियां इच्छावां उन्हां दे देवते हन ओह अपनियां शर्मनाक गल्लां ते कमंड करदे हन अते उन्हां दे मन केवल संसारिक चीज़ां ते लगे हुए हन पर असी तां स्वर्ग दे नागरिक हाँ इस लई असी स्वर्ग तो ही अपने मुक्तिदाता अर्थात प्रभु यीशु मसीह दी उड़ीक विच हाँ ਉਹ ਹੀ ਨਾਸ਼ਵਾਨ ਸਰੀਰਾਂ ਨੂੰ ਆਪਣੀ ਉਸ ਮੁਕਤੀ ਦੇ ਨਾਲ ਜਿਸ ਨਾਲ ਉਹ ਸਭ ਚੀਜ਼ਾਂ ਨੂੰ ਆਪਣੀ ਉਦੇਸ਼ ਪੂਰਤੀ ਦੇ ਲਈ ਆਪਣੇ ਅਧੀਨ ਰੱਖਦਾ ਹੈ ਆਪਣੇ ਤੇਜਵਾਨ ਸਰੀਰ ਦੀ ਤਰ੍ਹਾਂ ਬਦਲ ਦੇਵੇਗਾ ਮੇਰੇ ਪਿਆਰੇ ਵੀਰੋ ਮੇਰੇ ਮਨ ਵਿੱਚ ਤੁਹਾਡੇ ਲਈ ਬਹੁਤ ਤਮੰਨਾ ਹੈ ਤੁਸੀਂ ਹੀ ਮੇਰਾ ਅਨੰਤ ਹੋ अते मेरी जित भी इसलिए मेरे प्रावो प्रभु विच पक्के रहो यह प्रभु दी बाणी है खुदा दा शुक्र होवे तेरा है मुबारक नाम
ਹਮੇਸ਼ਾ ਖੁਦਾਵੰਦਾ ਵਡਿਆਈ ਤੇਰੀ ਕਰਾਂਗਾ ਚੇਲਿਆਂ ਨੂੰ ਕਿਹਾ ਇੱਕ ਧੰਨਵਾਨ ਆਦਮੀ ਸੀ ਜਿਸਦਾ ਇੱਕ ਘਰ ਮੁਖਤਿਆਰ ਸੀ ਅਤੇ ਜਿਸਦੇ ਖਿਲਾਫ ਦੋਸ਼ ਲਾਏ ਗਏ ਸਨ ਕਿ ਉਹ ਮਾਲਕ ਦੀ ਧਨ ਸੰਪਤੀ ਉਜਾੜ ਰਿਹਾ ਹੈ ਉਸਨੇ ਉਸਨੂੰ ਬੁਲਾਇਆ ਅਤੇ ਉਸਨੂੰ ਕਿਹਾ
तेरे बारे ये मैं की सुन रहा हाँ अपनी मुक्तियाई का हिसाब दे क्योंकि हुण तो तू मेरा मुक्तियार नहीं रह सकता। मुक्तियार ने अपने मन विच कहा मैं की करा क्योंकि मेरा मालक मैनू मुक्तियारी तो हटा रहा है। मिट्टी पुटन लई मेरे विच ताकत नहीं है अते भिख्या मंगन तो मैनू शर्म आउंदी है। मैं फैसला कर लिया है कि मैनू की करना चाहिदा है ताकि जदों मैं अपनी मुख्तियारी तो हटा दिता जावां तां लोक अपने घरां विच मैनू स्वीकार करन। इसलिए उसने अपने मालक दे कर्जदारां नू एक एक करके बुलाया अते पहले नू कहा तू मेरे मालक दा किन्ना कर्जा देना है। उसने कहा 100 माप तेल। मुख्तियार ने उसनू कहा अपना खाता लै अते छेती बैठ के 50 लिख दे। फिर उसने दूजे नू कहा तू किन्ना कर्जा देना है। उसने कहा 100 तेल तोल कणक। उसने कहा अपना खाता लै अते 80 लिख दे। मालक ने उस बेईमान मुख्तियार की सियाणप की शलांघा की क्योंकि इस संसार की संतान अपनी पीढ़ी के लोगों नाल लैन देन विच चानन दी संताना नालों ज्यादा चतुर है। प्रभु दी अंजील मसीहा। सारे बैठ जाओ। प्रभु यीशु मसीह च मेरे प्यारे प्रात पैणो अज असी मां मरियम दे तीर्थ स्थान ते दर्शनां दे लई आए हुए हाँ अते अपने जो सलाना त्यौहार नूं मनाउण दे लई इकट्ठे हुए हाँ ते अज असी अपनी फतेहगढ़ डिनरी दे वल्लों इस पवित्र हैकल दे विच हाजरी भरन दे लई आए हुए हाँ अते साडे लई बहुत खास समा है जदों असी अपनी प्यारी माँ की सिफारिश मंगण दे लई उस दे अगे प्रार्थना करन दे लई उस दीआं बेनतियां करन दे लई इत्थे इकट्ठे हुए हाँ। अज दे पाठ दे द्वारा असी सुनिया है कि प्रभु कहिंदे हन कि इस संसार दे लोक ज़्यादा चतुर हन अते चानन दी संतान नालों वधेरे चलाक हन। हालेलुया 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 हालेलुया। क्यों प्रभु उन्हां नू इस तरह दे शब्द कह के वरत रहा है कि ये लोग ज़्यादा चतुर हन पर जो चानन दी संतान वो ढिले हैं? क्योंकि जो उस कर मुख्तियार की कारगुजारी देख के उदी चतराऊ चतराई नू देख के प्रभु ये कहिंदा है कि उसने अपनी चतराई दे नाल वो जो हिसाब सी उसका मालक का देन वाला सी उसनों ठीक कर लिया। हुण अज दे आई अंजील सानू की समझाउंदी है? ये सानू साडे जीवन विच इमानदारी अते वफादारी दे विच वधन दे लई प्रेरित कर रही है। हालेलुया हालेलुया हालेलुया। जेकर ओही कर मुख्तियार इमानदारी दे नाल वफादारी दे नाल अपनी जिम्मेवारी नूं निभाउंदा तां शायद मालक उसनों उसदी कर मुख्तियारी दे पद तो ना हटाउंदा। पर उसकी बेईमानी दे कारण उसकी नाफरमानी दे कारण उसनों उस पद तो हटा दिता बर्खास्त कर दिता गया अते उसदे कोलो पूरा पूरा हिसाब मंगया जांदा। साडे जीवन दे विच खुदा सानू बहुत सारियां जिम्मेवारियां दिंदा है कलीसिया दे विच परिवार दे विच अते साडे निजी जीवन दे विच। कलीसिया दे विच रहिंदिया होया रूहानी जीवन नूं असीं किस तरह अगे वधाउणा है ईमानदारी दे नाल वफादारी दे नाल किस तरह असीं खुदा दे नाल अपना रिश्ता
मजबूत रखना है अति किस तरह असं उसनों वफादारी दे नाल निभाते हाँ कि नहीं उस साढ़े उत्ते एक सवाल खड़ा होंदा है कि मैं अपनी रूहानी जीवन दे विच जो अगे तैयारी कर रहा हाँ कि मैं उसनों ईमानदारी दे नाल प्रार्थनावां दुआवां नूं उन्हां सारिआं समयां नूं जो मेरे लिए उलीके गए हैं कि मैं उन्हां नूं समयां नूं चंगी तरह निभाउंदा हाँ कि मैं अपनियां दुआवां प्रार्थना दे विच खुदा दे प्रति पवित्रता नूं कायम रखदा कि मैं अपने रूहानी जीवन दे विच खुदा नूं अपनी नज़दीक महसूस करता हाँ जने साढ़े परिवारक जीवन के प्रति भी सानू खुदा जिम्मेवारियां दिंदा है एक परिवार के आगू होने के नाते बाप अते मां के रूप में सानू जिम्मेवारियां दिंदा है कि मैं अपने परिवार के प्रति वफादार रहिंदा हाँ कि मैं अपने परिवार दीआं जिम्मेवारियां नूं ईमानदारी दे नाल निभाउंदा हाँ जां नहीं निभाउंदा यह साढ़े लिए बहुत वड्डा सवाल है अज दी अंजील सानू यह बड़े चंगे अते सोहणे तरीके नाल समझाउंदी कि उस कर मुख्तियार ने अपनी चलाकी दे नाल जो हिसाब है उसनों बड़े सोहने ढंग दे नाल अपने मालक अगे पेश कीता साडा जीवन भी इसे तरह का होना चाहिए खुदा दे प्रति साडा भी जीवन साफ सुथरा होवे बेईमानी वाला ना होवे बल्कि ईमानदारी वाला होवे साडा जीवन पाप रहत होवे अते खुदा दे प्रति ईमानदार अते वफादार सेवक कहलाउण वाले असी बन जाइए हालेलुया 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 जिस तरह संत मत्ती दी जो अंजील उहदा 12 अध्याय 36 आयत विच प्रभु दा वचन सानू कहिंदा है कि चंगा आदमी अपने चंगे मन दे खजाने दे विच चंगीआं गल्लां नूं छुपाउंदा है हालेलुया 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 जेकर उस कर्मुख्तियार ने अपने चंगे दिल दे विच ईमानदारी नूं अपनाया होंदा तां शायद उसदा मालक उसदे कोलों हिसाब किताब ना मंगदा उसनूं उहदी जो जिम्मेवारी है कर्मुख्तियार होण दी उस तों उहदे पद तों ना हटाउंदा पर उसकी बेईमानी के कारण उसनों उसका मालक हटा दिंदा साडे जीवन दे विच जदों असी अपने रूहानी जीवन दे विच अगे वधदे जांदे हां ते साडे ते भी सवाल खड़ा हुंदा कि मैं अपने दिल के चंगे खजाने दे विच चंगीआं गल्लां नूं छुपाउंदा हाँ जां नहीं जो चंगीआं गल्लां हन असी उहनां नूं सैड ते रख लैने जो बुरीआं हन असी उहनां दे विच फस जाते हैं तो वो वधन की कोशिश करते पर प्रभु सानू की कह रहा है कि हर एक दे कोल हिसाब लिया जाएगा जिस तरह उस कर मुख्तियार दे कोल हिसाब लिया गया है उस तरह ही हर एक दे कोल हिसाब किताब मंगया जाएगा चाहे असी कोई वड्डा बिजनेस नहीं करते चाहे असी वड्डी धन दौलत के मालक नहीं पर जो कुछ भी साढ़े कोल है जो भी रूहानी जीवन असी इस धरती ते रहिंदा गुजारिया है उसका सानू लेखा देना पवेगा जिस तरह रोमियो दे विश्वास संघ नूं पत्र उहदा 14 अध्याय 12 आयत विच लिखा गया है कि अपना अपना लेखा सानू प्रभु नूं देना पवेगा चाहे असी चंगे हाँ ते चाहे असी बुरे हाँ हालेलुया 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 सानू सारे नूं अपना लेखा देना पैना है चाहे असी चंगा जीवन गुजारिया है चाहे बुरा साडा हिसाब सानू देना पवे अते किस तरह का असी जीवन गुजारना है वफादारी वाले ईमानदारी दे नाल असी ये जीवन गुजारना है तां जो जदों साडे जीवन दे असी खुदा दे कोल वापस जाइए साडा जदों न्याय करता साडा हिसाब किताब पुछे तां असी खरे उतरीए असी ईमानदार ठहराए जाइए अते असी भले लोगों की संगति दे विच शामिल किए जाइए हालेलुया 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 जो असी इस पवित्र दिहाड़े ते मां मरियम दे सालाना ईद नूं मनाउण दे लई आए हां जो असी मां मरियम दे जीवन दे वल झाती मारीए तो उसने अपने जीवन दे विच ईमानदारी ते वफादारी दे नाल खुदा दीआं गल्लां नूं अपने दिल दे विच छुपा के रख्या हो सकता सी कि मां मरियम अपने मन दे विच ही यह कहती कि मैं हुण खुदा दी मां बन गई हाँ मैनू प्रार्थना करन दी लोड़ नहीं है जां मैनू
ਸੋ ਆਪਣੇ ਬੇਟੇ ਅੱਗੇ ਸਿਫਾਰਿਸ਼ ਕਰਨ ਦੀ ਲੋੜ ਨਹੀਂ ਹੈ। ਮੈਂ ਖੁਦ ਇੱਕ ਖੁਦਾ ਦੀ ਮਾਂ ਹਾਂ, ਮੈਂ ਖੁਦ ਬਰਕਤਾਂ ਵੰਡ ਸਕਦੀ ਹਾਂ। ਪਰ ਨਹੀਂ, ਮਾਂ ਮਰੀਮ ਨੇ ਆਪਣੇ ਜੀਵਨ ਵਿੱਚ ਹਲੀਮੀ ਨੂੰ ਅਪਣਾਇਆ, ਇਮਾਨਦਾਰੀ ਦੇ ਨਾਲ, ਵਫਾਦਾਰੀ ਦੇ ਨਾਲ ਖੁਦਾ ਦੀਆਂ ਉਹਨਾਂ ਗੱਲਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕੀਤਾ ਜੋ ਖੁਦਾ ਉਸਦੇ ਕੋਲੋਂ ਚਾਹੁੰਦਾ ਸੀ। ਹਾਲੇਲੂਇਆ, 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 ਹਾਲੇਲੂਇਆ। ਅਤੇ ਇਸੇ ਤਰ੍ਹਾਂ ਹੀ ਉਹ ਸੰਤ ਲੂਕਾ ਦੀ ਇੰਜੀਲ ਉਹਦਾ ਇੱਕ ਅਧਿਆਇ 49 ਐਤ ਵਿੱਚ ਕਹਿੰਦੀ ਹੈ ਕਿ ਮੈਂ ਖੁਦਾ ਦੀ ਦਾਸੀ ਹਾਂ, ਜਿਵੇਂ ਤੂੰ ਆਖਿਆ ਤਿਵੇਂ ਮੇਰੇ ਨਾਲ ਹੋਵੇ। ਹਾਲੇਲੂਇਆ, 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 ਹਾਲੇਲੂਇਆ। ਉਸਨੇ ਖੁਦਾ ਦੇ ਨਾਲ ਵਫਾਦਾਰੀ ਨਿਭਾਈ ਹੈ। ਜਦੋਂ ਫਰਿਸ਼ਤੇ ਨੇ ਕਿਹਾ ਕਿ ਤੂੰ ਇੱਕ ਬੇਟੇ ਨੂੰ ਜਨਮ ਦੇਵੇਂਗੀ, ਤੂੰ ਖੁਦਾ ਦੀ ਮਾਂ ਅਖਵਾਏਗੀ, ਤਾਂ ਉਸਨੇ ਆਪਣੇ ਮਨ ਦੇ ਵਿੱਚ ਲਾਲਚ ਨਹੀਂ ਕੀਤਾ ਜਾਂ ਆਪਣੇ ਆਪ ਦੇ ਵਿੱਚ ਘਮੰਡ ਨਹੀਂ ਕੀਤਾ ਕਿ ਮੈਂ ਹੁਣ ਖੁਦਾ ਦੀ ਮਾਂ ਬਣ ਗਈ ਹਾਂ। ਨਹੀਂ, ਬਲਕਿ ਉਸਨੇ ਬੜੀ ਸਾਦਗੀ ਦੇ ਨਾਲ, ਬੜੀ ਹਲੀਮੀ ਦੇ ਨਾਲ ਖੁਦਾ ਦੇ ਵਚਨਾਂ ਨੂੰ ਸਵੀਕਾਰ ਕੀਤਾ ਅਤੇ ਆਪਣੇ ਦਿਲ ਦੇ ਚੰਗੇ ਖਜ਼ਾਨੇ ਵਿੱਚ ਉਹਨਾਂ ਵਚਨਾਂ ਨੂੰ ਛੁਪਾ ਕੇ ਰੱਖਿਆ ਅਤੇ ਇਹ ਕਿਹਾ ਕਿ ਮੈਂ ਪ੍ਰਭੂ ਦੀ ਦਾਸੀ ਹਾਂ। ਅਸੀਂ ਵੀ ਸਾਰੇ ਦੇ ਸਾਰੇ ਪ੍ਰਭੂ ਦੇ ਦਾਸ ਹੋਣ ਦੇ ਲਈ ਬੁਲਾਏ ਗਏ। ਕਦੀ ਅਸੀਂ ਕਹਿ ਸਕਦੇ ਕਿ ਅਸੀਂ ਸੰਤ ਨਹੀਂ ਬਣ ਸਕਦੇ ਜਾਂ ਅਸੀਂ ਖੁਦਾ ਦੇ ਚੰਗਿਆਂ ਲੋਕਾਂ ਦੇ, ਭਲਿਆਂ ਲੋਕਾਂ ਦੀ ਗਿਣਤੀ ਵਿੱਚ ਸ਼ਾਮਿਲ ਨਹੀਂ ਹੋ ਸਕਦੇ? ਨਹੀਂ, ਅਸੀਂ ਭਲਿਆਂ ਲੋਕਾਂ ਦੀ ਗਿਣਤੀ ਵਿੱਚ ਸ਼ਾਮਿਲ ਕੀਤੇ ਗਏ। ਅਸੀਂ ਵੀ ਸੰਤ ਬਣ ਸਕਦੇ ਹਾਂ, ਅਸੀਂ ਵੀ ਸੰਤ ਹੋਣ ਦੇ ਲਈ ਬੁਲਾਏ ਗਏ ਹਾਂ। ਜ਼ਰੂਰਤ ਹੈ ਇਮਾਨਦਾਰੀ ਦੇ ਨਾਲ, ਵਫਾਦਾਰੀ ਦੇ ਨਾਲ, ਬੜੀ ਲਗਨ ਦੇ ਨਾਲ ਖੁਦਾ ਦੇ ਨਾਲ ਜੁੜੇ ਰਹਿਣਾ। ਸਾਡੇ ਜੀਵਨ ਦੇ ਵਿੱਚ ਵੀ ਤਰੱਕੀ ਹੋਵੇਗੀ, ਸਾਡੇ ਜੀਵਨ ਦੇ ਵਿੱਚ ਖੁਦਾ ਦੀ ਅਸੀਸ ਹੋਵੇਗੀ ਜਦੋਂ ਅਸੀਂ ਇਮਾਨਦਾਰੀ ਦੇ ਨਾਲ, ਪਿਆਰ ਦੇ ਨਾਲ, ਸਾਦਗੀ ਦੇ ਨਾਲ, ਹਲੀਮੀ ਦੇ ਨਾਲ ਉਹਨਾਂ ਸਾਰੇ ਵਚਨਾਂ ਦੀ ਪਾਲਣਾ ਕਰਾਂਗੇ ਜੋ ਸਾਨੂੰ ਖੁਦਾ ਸਿਖਾਉਂਦਾ ਹੈ। ਹਾਲੇਲੂਇਆ, 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 ਹਾਲੇਲੂਇਆ। ਜਿਸ ਤਰ੍ਹਾਂ ਤਿਮੱਥੀਅਸ ਦੀ ਵਿਸ਼ਵਾਸ ਸੰਗਤ ਨੂੰ ਪਹਿਲਾ ਪੱਤਰ ਉਹਦਾ 3:5 ਆਇਤ ਵਿੱਚ ਲਿਖਿਆ ਗਿਆ ਹੈ, ਘਰ ਦੀ ਚੰਗੀ ਤਰ੍ਹਾਂ ਦੇਖਭਾਲ ਕਰਨ ਲਈ ਖੁਦਾ ਨੇ ਸਾਨੂੰ ਇਹ ਵਰਦਾਨ ਅਤੇ ਖੂਬੀਆਂ ਦਿੱਤੀਆਂ ਹਨ। ਹਾਲੇਲੂਇਆ, 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 ਹਾਲੇਲੂਇਆ। ਯਾਨੀ ਕਿ ਕਲੀਸੀਆਈ ਪਰਿਵਾਰ ਦੇ ਵਿੱਚ ਸਾਨੂੰ ਖੁਦਾ ਨੇ ਜ਼ਿੰਮੇਵਾਰੀਆਂ ਦਿੱਤੀਆਂ ਹਨ ਕਿ ਅਸੀਂ ਉਹਨਾਂ ਨੂੰ ਚੰਗੇ ਤਰੀਕੇ ਨਾਲ ਨਿਭਾਈਏ, ਉਹਨਾਂ ਦੀ ਚੰਗੇ ਤਰੀਕੇ ਨਾਲ ਅਸੀਂ ਆਪਣੇ ਜੀਵਨ 'ਚ ਪਾਲਣਾ ਕਰਦੇ ਹੋਏ ਅੱਗੇ ਵੱਧਦੇ ਜਾਈਏ ਅਤੇ ਸਾਡਾ ਜੀਵਨ ਇਸੇ ਦੇ ਵਿੱਚ ਹੀ ਵੱਧਦਾ ਜਾਣਾ ਚਾਹੀਦਾ ਕਿ ਮੈਂ ਆਪਣੇ ਘਰ ਦੀ ਅਤੇ ਘਰ ਪਰਿਵਾਰ ਦੀ ਕਿਸ ਤਰ੍ਹਾਂ ਦੇਖਭਾਲ ਕਰਨੀ, ਜੋ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਹੈ ਕਿ ਮੈਂ ਉਹਨਾਂ ਦੇ ਪ੍ਰਤੀ ਵਫਾਦਾਰ ਹਾਂ, ਕਿ ਮੈਂ ਆਪਣੀਆਂ ਜ਼ਿੰਮੇਵਾਰੀਆਂ ਦੇ ਉੱਤੇ ਖਰਾ ਉਤਰਦਾ ਹਾਂ ਕਿ ਜਾਂ ਮੈਂ ਸਿਰਫ ਸਮਾਂ ਹੀ ਬਤੀਤ ਕਰ ਰਿਹਾ ਕਿ ਚਲੋ ਕੋਈ ਗੱਲ ਨਹੀਂ ਸਭ ਚੱਲਦਾ। ਪਰ ਪ੍ਰਭੂ ਸਾਨੂੰ ਕੀ ਕਹਿ ਰਿਹਾ ਹੈ ਕਿ ਤੁਸੀਂ ਬੜੇ ਸਾਦਗੀ ਨਾਲ, ਹਲੀਮੀ ਦੇ ਨਾਲ, ਵਫਾਦਾਰੀ ਦੇ ਨਾਲ ਵੱਧਦੇ ਜਾਓ ਅਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਉਸ ਨੌਕਰ ਦੇ ਕੋਲੋਂ ਮਾਲਕ ਹਿਸਾਬ ਮੰਗਦਾ ਹੈ, ਸਾਡੇ ਕੋਲ ਵੀ ਸਾਡੇ ਹਰ ਕੰਮ ਦਾ ਹਿਸਾਬ ਮੰਗਿਆ ਜਾਏ, ਚਾਹੇ ਸਾਡੇ ਦੁਨਿਆਵੀ ਜੀਵਨ ਦਾ, ਸਾਡੇ ਰੂਹਾਨੀ ਜੀਵਨ ਦਾ ਸਾਡੇ ਕੋਲੋਂ ਹਿਸਾਬ ਮੰਗਿਆ ਜਾਵੇ ਅਤੇ ਇਸ ਦੇ ਲਈ ਅਸੀਂ ਆਪਣੇ ਆਪ ਦੀ ਯੋਗ ਤਿਆਰੀ ਕਰਨੀ ਹੈ ਕਿ ਮੈਂ ਕਿਸ ਤਰ੍ਹਾਂ ਦਾ ਜੀਵਨ ਬਤੀਤ ਕੀਤਾ। ਜੇਕਰ ਮੈਂ ਚੰਗਾ ਜੀਵਨ ਬਤੀਤ ਕੀਤਾ ਹੈ ਤਾਂ ਉਹਦਾ ਨਤੀਜਾ ਵੀ ਮੈਨੂੰ ਚੰਗਾ ਮਿਲੇਗਾ, ਜੇਕਰ ਮੈਂ ਬੁਰਾ ਜੀਵਨ ਬਤੀਤ ਕੀਤਾ ਹੈ ਤਾਂ ਉਹਦਾ ਨਤੀਜਾ ਵੀ ਮੈਨੂੰ ਮਿਲੇਗਾ। ਪਰ ਅਸਲ ਵਿੱਚ ਸਾਡਾ ਜੋ ਜੀਵਨ ਹੈ ਚੰਗੇ ਨਤੀਜੇ ਦੇਣ ਵਾਲਾ ਹੋਣਾ ਚਾਹੀਦਾ। ਚੰਗਾ ਜੀਵਨ ਅਸੀਂ ਬਤੀਤ ਕਰਕੇ ਖੁਦਾ ਦੀਆਂ ਬਰਕਤਾਂ, ਖੁਦਾ ਦੀਆਂ ਆਸ਼ੀਸ਼ਾਂ ਨੂੰ ਗ੍ਰਹਿਣ ਕਰ ਸਕੀਏ ਅਤੇ ਹਮੇਸ਼ਾ ਉਹਦੀ ਰਹਿਣਮਾਈ ਦੇ ਵਿੱਚ ਨੇਕ ਜੀਵਨ ਬਸਰ ਕਰਦੇ ਰਹਿ ਸਕੀਏ। ਹਾਲੇਲੂਇਆ, 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 ਹਾਲੇਲੂਇਆ। ਜਿਸ ਤਰ੍ਹਾਂ ਉਸ ਮਾਲਕ ਨੇ ਉਸ ਨੌਕਰ ਦੇ ਨਾਲ ਕੀਤਾ, ਉਸ ਨੂੰ ਕੀ ਕੀਤਾ? ਉਹਦੀ ਜ਼ਿੰਮੇਵਾਰੀ ਤਾਂ ਉਸਨੂੰ ਹਟਾ ਦਿੱਤਾ। ਇਸੇ ਤਰ੍ਹਾਂ ਸਾਡਾ ਸਵਰਗੀ ਬਾਪ ਵੀ ਸਾਡੇ ਨਾਲ ਕਰੇਗਾ। ਜਿਸ ਤਰ੍ਹਾਂ ਅਸੀਂ ਸੁਣਦੇ ਹਾਂ ਸੰਤ ਮੱਤੀ ਦੀ ਇੰਜੀਲ 18:35 ਆਇਤ ਵਿੱਚ ਪ੍ਰਭੂ ਕਹਿੰਦਾ ਕਿ ਮੇਰਾ ਪਿਤਾ ਵੀ ਤੁਹਾਡੇ ਨਾਲ ਉਸੇ ਤਰ੍ਹਾਂ ਕਰੇਗਾ ਜਿਸ ਤਰ੍ਹਾਂ ਦਾ ਤੁਸੀਂ ਜੀਵਨ ਬਤੀਤ ਕਰਦੇ ਹੋ ਅਤੇ ਜਿਸ ਤਰ੍ਹਾਂ ਦਾ ਤੁਸੀਂ ਕਰਦੇ ਹੋ। ਹਾਲੇਲੂਇਆ, 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 ਹਾਲੇਲੂਇਆ। ਸਾਡਾ ਸਵਰਗੀ ਪਿਤਾ ਵੀ ਸਾਡੇ ਨਾਲ ਉਸੇ ਤਰ੍ਹਾਂ ਦਾ ਹੀ ਹਿਸਾਬ ਰੱਖੇਗਾ ਜਿਸ ਤਰ੍ਹਾਂ ਦਾ ਅਸੀਂ ਰੱਖਦੇ।
जेकर मैं अपने परिवारक प्रार्थनावां विच सरगर्मी बनाई रखदा हाँ खुदा दीआं बरकतां भी उस तरह ही आउंदियां रहणगियां, पर जेकर मैं अपनियां परिवारक प्रार्थनावां विच ढिल दिखाउंदा हाँ सुस्ती दिखाउंदा हाँ तो खुदा दीआं बरकतां भी उस तरह ही सानूं मिलणगियां। जिस तरह का बीजांगे उस तरह का ही वढ़ांगे। साड़ी चतुराई दे नाल असी खुदा नूं प्रसन्न तो कर सकते हैं पर उसकी बरकत नूं नहीं स्वीकार कर सकते। जेकर असी खुदा की बरकत नूं स्वीकार करना है चतुराई दे नाल नाल ईमानदारी वफादारी अते हलीमी का होना बहुत जरूरी है। तद ही असी चानन की भली संतान कहलाए जावांगे। अते अज दी इस पाकमा दी कुरबानी दौरान असी यही प्रार्थना करी कि प्रभु साड़ी डायसिस नूं अते हर एक विश्वासी नूं यह फजल प्रदान करे कि असी सारे ही वफादारी दे नाल ईमानदारी दे नाल अपने जीवन बतीत करिए अते खुदा दीआं रहमतां दे विच वधदे जाइए अते हर एक विश्वासी खुदा दा सच्चा सेवक बन जावे अते ईमानदारी दे नाल उह खुदा नूं अपना हिसाब किताब अपने जीवन का दे दवे तां जो असी खुदा का फजल खुदा की कृपा नूं हमेशा ही महसूस करते रह सकीए अते उस दे विच वधदे जा सकीए। खुदा सारिआं नूं बरकत दवे। रसूलां दा कलमा मैं एक खुदा उदे ईमान रखदा हां जिहड़ा पृथ्वी ते वाला आसमान ते जमीन दा पैदा करने वाला है। मैं यीशु मसीह दे ईमान रखदा हां प्यारे प्रावत पेणो असी अपने करोड़ों की जरूरत प्रार्थना करिए। असं संत बाबा फ्रांसिस लेत उन्होंने रेनुमाई में पवित्र मां गलीसिया की तरगी असं खुदा के हजूर प्रार्थना करिए ते आखिए ये खुदा साड़ी दुआ सुन मेहरबान खुदा अपनी कलीसिया नूं अमन आजादी प्रदान कर उन्हां नूं ईमान उम्मीद ते प्यार विच मजबूत कर अनुवचन हे प्रभु साडी दुआ सुन। आए मेहरबान खुदा साडे रूहानी बाप संत पापा फ्रांसिस नूं तंदुरुस्ती बख्श अते हर खतरे तों सुरक्षित रख। उन्हां दी रसूली खिदमत द्वारा तमाम दुनिया नूं सच्चा चानन प्राप्त होवे अते पवित्र आत्मा की मदद नाल ओ कलीसिया की योग अगवाई कर सकन अनुवचन हे प्रभु साडी दुआ सुन। ऐ खुदा साडे बाप अपनी दया साडे जलंधर डायसिस दे प्रसा अते साडे बिशप साहिब नूं तनाई प्रदान कर तां जो ओह पंजाब दी कलीसिया की अगवाई योग ढंग नाल कर सकन अनुवचन हे प्रभु साडी दुआ सुन। हे प्रभु साडी दुआ सुन। ऐ मेहरबान खुदा कलीसिया दे सारे पुरोहितां धार्मिक जीवन बसर करदे भैण भरावां मुनादां ते सारे प्रचारकां नूं पवित्र आत्मा दे वरदाना वरदान बख्श तां जो अपनी सेवकाई दे नेक नमूना सब नूं दे सकन उह सरगर्मी अते जोशीले ढंग नाल पाक कलाम नूं दुनिया दे कोने तोने तक फैला सकन अनुवचन हे प्रभु साडी दुआ सुन। आओ असीं अपणे निजी लोड़ां लई दुआ करिए। ਯਤਨਾ ਸੰਬੰਧੀ ਵਾਲੇ ਖੁਦਾ ਅਸੀਂ ਇਹਨਾਂ ਲੋੜਾਂ ਜ਼ਰੂਰ ਦੁਆੜੇ ਛਾਣਾ ਮਗੇ ਸਾਊਂਡ ਮੰਗਰਦੇਗਾ। ਅਸੀਂ ਉਹਨਾਂ ਸਾਰੇ ਬੀਮਾਰ ਪਿਆਣਾ ਭਰਾਵਾਂ ਲਈ ਪ੍ਰਾਰਥਨਾ ਕਰਦੇਗਾ ਜੋ ਬੱਕ ਬੀਮਾਰੀ ਨਾਲ ਪੀੜਤ ਹਨ ਇਹ ਪਰ ਅਸੀਂ ਉਹਨਾਂ ਸਾਰੀਆਂ ਨੂੰ ਤੰਦਰੁਸਤੀ ਪ੍ਰਦਾਨ ਕਰ ਅਸੀਂ ਉਹਨਾਂ ਭੈਣਾਂ ਭਰਾਵਾਂ ਲਈ ਪ੍ਰਾਰਥਨਾ ਕਰਦੇਗਾ ਜੋ ਤੁਹਾਡੇ ਦੂਰ ਰਹਿੰਦੇ ਹਨ ਜਾਂ ਝੂਠੀ ਤਲੀ ਵਿੱਚ ਵਸੇ ਹੋਏ ਹਨ ਇਹ ਪਰ ਅਸੀਂ ਉਹਨਾਂ ਸਾਰੀਆਂ ਨੂੰ ਸੱਚਾ ਈਮਾਨ ਦਾ ਵਰਦਾਨ ਬਖਸ਼ ਅਸੀਂ ਇਹ ਮੰਗਦੇ ਹਾਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਗੀਮ ਆਮੀਨ। हुण चढ़ावे का समा है
जो भैन भरा अपनी निजी कमाई दे विचों खुदा की हजूरी दे विच चढ़ावा चढ़ाने लिए लैके आए ने वो दो लाइनों दे विच आके अपना चढ़ावा खुदा की हजूरी विच चढ़ा सकते हैं। गुजारी दी पेट तेनू चढ़ावा मैं नाल चौक सी पैर रखा जद तेरे घर आवा मैं नाल चौक सी पैर रखा जद तेरे घर आवा मैं शुक्र गुजारी दी गुजारी दी पेट से नो चढ़ावा शुक्र खुदा जासा माले तेरा शुक्र खुदा दिल दिले तेरा शुक्र खुदा जासा ले तेरा शुक्र खुदा मंजिला दिले तेरा शुक्र खुदा नाले माले तेरा शुक्र खुदा मंजिला दिले तेरा शुक्र खुदा शुक्रगुजारी करदा करदा नीकल जावा मैं शुक्रगुजारी करदा करदा नीकल जावा मैं शुक्रगुजारी दी पेट से नो चढ़ावा गुजारी भी पेट से नो चढ़ावा शुक्र खुदा इस जान दे तेरा शुक्र खुदा इस जिस्म ले तेरा शुक्र खुदा इस जान दे तेरा शुक्र खुदा इस जमीन दे तेरा शुक्र खुदा आसमान दे तेरा शुक्र खुदा इस जमीन दे तेरा शुक्र खुदा मां दे तेरा शुक्र खुदा शुक्रगुजारी करदा करदा रूह च भर जावा मैं शुक्रगुजारी करदा करदा रूह च भर जावा मैं शुक्रगुजारी दी पेट से नो चढ़ावा मैं शुक्रगुजारी दी पेट से नो चढ़ावा मैं नाल चौक सी पैर रखा जद तेरे घर आवा मैं नाल चौक सी पैर रखा जद करवा मैं शुक्र गुजारी दी पेट से नो चढ़ावा
ਤੇ ਗੁਜ਼ਾਰੀ ਦੀ ਭੇਟ ਤੈਨੂੰ ਚੜਾਵਾਂ ਮੈਂ। ਸਾਡੇ ਬਾਪ ਇਸ ਕੁਰਬਾਨੀ ਨੂੰ ਪ੍ਰਵਾਨ ਕਰੇ, ਰੱਬ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੇ ਸਿਰ ਵਡਿਆਈ ਨਾਲੇ ਸਾਡੀ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ये तरसमंद खुदा साढ़े इन्होंने तोहफिया कबूल कर जो असी गुआरी मां मरीम दे हाजर विच तेन चढ़ाऊ देगा, साढ़े जीवन आपने लिए परवान योग सदी भी कुरबानी विच बदल दे। साढ़े प्रभु मसीह दे रागीम आमीन। प्रभु तुहाडे नाल होवे, तुसी अपने दिल प्रभु लगावो, असी अपने दिल प्रभु लगांदे हां, असी अपने प्रभु दा धन्यवाद करिए, ए सही ते योग्य है। ये प्रभु पवित्र बाप पूरी कुदरत वाले देगा कुदा ये सचमुच सही ते योग्य मुक्ति पावन दा रहे कि असी हर वेल दे हर दम यीशु मसीह अपने प्रभु दा धन्यवाद करिए। ये साड़ी कुछ किस्मत है कि धनगुआरी मरी दी याद मनाउंदे होए साड़ा मन उस दे धन्यवाद दे गीत नाल गूंज उड़े। तू सारी दुनिया उत्ते किन्ने अनोखे काम किए गए, सारी मनुख जाति पीढ़ियों पीढ़ी तेरे प्यार की महानता की हिस्सेदार होई है। तू अपनी दीनदासी मरियम की हलीमी उत्ते कृपा नज़र की अद उसकी शान वधाई अद उस दुनिया के मुक्तिया तेरे बेटे यीशु में साढ़े प्रभु की मां बन का रुतबा दिता। इसलिए परिस्याम दे मां परिस्याम अद सारी सुरगी लश्कर मिलकर अभी तेरी महिमा के गीत गाँव दे वो ऐलान करते गा प्रभु परमेश्वरे पावन पावन प्रभु परमेश्वरे सकल सृष्टि के जगदीश पावन 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 प्रभु तेरा नाम पावन 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 प्रभु तेरा नाम तेरी महिमा की प्रशंसा अज दे दिते है अब नियम पर तेरी महिमा की प्रशंसा अज दे दिते है अब नियम पर तेरी ही जय जयकारों से गुंजत है जय घोष गगन प्रभु पावन हे पावन प्रभु पावन हे पावन 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 प्रभु परमेश्वर सकल सृष्टि के जगदीश्वर पावन पावन प्रभु परमेश्वर सकल सृष्टि के जगदीश्वर पावन 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 प्रभु तेरा नाम पावन 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 प्रभु तेरा नाम धन्य है वह जो आता है नाम प्रभु का जो गाते हैं धन्य है वह जो आते हैं नाम प्रभु का जो गाते हैं तेरी ही जय जयकारों से पावन पावन प्रभु परमेश्वर सकल सृष्टि के जगदीश्वर पावन पावन प्रभु परमेश्वर सकल सृष्टि के जगदीश्वर पावन 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 प्रभु तेरा नाम पावन 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 प्रभु तेरा नाम। ये प्रभु तू सचमुच पवित्र है,
ਅਤੇ ਇਹ ਸਹੀ ਹੈ ਕਿ ਤੇਰੀ ਸਾਰੀ ਸ੍ਰਿਸ਼ਟੀ ਤੇਰੀ ਵਡਿਆਈ ਕਰੇ ਤੇਰੇ ਬੇਟੇ ਸਾਡਾ ਪ੍ਰਭੂ ਯੇਸ਼ੂ ਮਸੀਹ ਆ ਗਈ ਅਤੇ ਰੂਪ ਭਗਤੀ ਕੁਦਰਤ ਨਾਲ ਤੂੰ ਸਾਰੇ ਦੁਨੀਆ ਸੰਸਾਰ ਨੂੰ ਜੀਵਨ ਬਖਸ਼ਦਾ ਅਤੇ ਪਾਕ ਕਰਦਾ ਤੂੰ ਲਗਾਤਾਰ ਆਪਣੇ ਲਈ ਪ੍ਰਜਾ ਇਕੱਠੀ ਕਰਦਾ ਰਹਿੰਦਾ ਹੈ ਤਾਂ ਜੋ ਛੱਡਦੇ ਸੂਰਜ ਤੋਂ ਲੈ ਕੇ ਲੈਂਦੇ ਤੱਕ ਇੱਕ ਸ਼ੁੱਧ ਗੁਰਬਾਣੀ ਤੇਰੇ ਪੌਦ ਨਾਮ ਦੇ ਲਈ ਚੜ੍ਹਾਈ ਜਾਵੇ ਇਸ ਲਈ ਪ੍ਰਭੂ ਅਸੀਂ ਖਲੀ ਵੀ ਨਾਲ ਤੇਰੇ ਕੇ ਮਿਹਨਤ ਕਰਦੇ ਆਮ ਕਿ ਆਪਣੀ ਮਿਹਰ ਨਾਲ ਉਹੀ ਰੂਪ ਭਗਤ ਆ ਗਈ ਉਹਨਾਂ ਨਜ਼ਰਿਆਂ ਨੂੰ ਪਵਿੱਤਰ ਕਰ ਜੋ ਅਸੀਂ ਤੇਰੀ ਪਾਕ ਹਜ਼ੂਰੀ ਵਿੱਚ ਲੈ ਕੇ ਆਏ ਹਾਂ ਤਾਂ ਜੋ ਇਹ ਤੇਰੇ ਬੇਟੇ ਸਾਡਾ ਪ੍ਰਭੂ ਯੇਸ਼ੂ ਮਸੀਹ ਦਾ ਬੇਦਨ ਅਤੇ ਲੋਕ ਬਣ ਜਾਵੇ ਇਸ ਹੁਕਮ ਨਾਲ ਅਸੀਂ ਇਹਨਾਂ ਫੇਦਾਂ ਨੂੰ ਮਨਾਉਂਦੇ ਹਾਂ ਵਿੱਚ ਸਾਰੀ ਦਾ ਧਿਆਨ ਰੱਖੋ ਆਪਣਾ ਹੱਥ ਜੋੜੋ ਜਿਸ ਰਾਤ ਉਸਦਾ ਵਿਸ਼ਵਾਸਘਾਤ ਕੀਤਾ ਗਿਆ ਉਸਨੇ ਰੋਟੀ ਲਈ ਅਤੇ ਤੇਰਾ ਧੰਨਵਾਦ ਕਰਦਿਆਂ ਬਰਕਤ ਦਿੱਤੀ ਰੋਟੀ ਤੋੜੀ ਅਤੇ ਆਪਣੇ ਚੇਰੀਆਂ ਨੂੰ ਦਿੱਤੀ ਕਹਿੰਦੇ ਹੋਏ ਤੁਸੀਂ ਸਾਰੇ ਯੇ ਲਵੋ ਅਤੇ ਇਸ ਵਿੱਚੋਂ ਕਾਵੋ ਕਿਉਂ ਜੋ ਇਹ ਮੇਰਾ ਬਦਨ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ ਅਏ ਮੇਰੇ ਪ੍ਰਭੂ ਅਏ ਮੇਰੇ ਖੁਦਾ ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ ਤੇਰਾ ਧੰਨਵਾਦ ਕਰਦਿਆਂ ਬਰਕਤ ਦਿੱਤੀ ਪਿਆਲਾ ਆਪਣੇ ਚੇਲੀਆਂ ਨੂੰ ਦਿੱਤਾ ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ ਨਵੇਂ ਸਦੀ ਵੀ ਨਿਮਦਾ ਲਹੂ ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫ਼ੀ ਲਈ ਵਗਾਇਆ ਜਾਵੇਗਾ ਮੇਰੀ ਯਾਦ ਵਿੱਚ ਇਹ ਕਿਰਿਆ ਕਰੋ ਅਏ ਮੇਰੇ ਪ੍ਰਭੂ ਅਏ ਮੇਰੇ ਖੁਦਾ ਈਮਾਨ ਦਾ ਫੇਰ ਅਏ ਪ੍ਰਭੂ ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀਵਨ ਦੀ ਅਰਦਾਸ ਕਰਦੇ ਹਾਂ ਜਦ ਤੱਕ ਤੂੰ ਫੇਰ ਆਵੇਂਗਾ ਇਸ ਲਈ ਹੈ ਪ੍ਰਭੂ ਅਸੀਂ ਤੇਰੇ ਬੇਟੇ ਦੀ ਮੁਕਤੀਗਾਰੀ ਦੁੱਖ ਭੋਗਦੇ ਉਸ ਜਲਾਲੀ ਜੀਵਨ ਅਤੇ ਸੁਰਗ ਵਿੱਚ ਚੜ੍ਹ ਜਾਣ ਦੀ ਯਾਦਗਾਰੀ ਮਨਾਉਂਦੇ ਅਤੇ ਉਸੇ ਦੂਜੀ ਵਾਰ ਆਉਣ ਨੂੰ ਉਡੀਕਦੇ ਹੋਏ ਤੇਰਾ ਧੰਨਵਾਦ ਕਰਦੇ ਹਾਂ ਇਹ ਜੀਵਨ ਦੀ ਅਤੇ ਪਵਿੱਤਰ ਕੁਰਬਾਨੀ ਤੈਨੂੰ ਚੜ੍ਹਾਉਂਦੇ ਹਾਂ ਅਸੀਂ ਬੇਨਤੀ ਕਰਦੇ ਹਾਂ ਕਿ ਤੂੰ ਆਪਣੀ ਕਲੀਸਿਆ ਚੜਾਵੇ ਤੇ ਨਜ਼ਰ ਕਰ ਅਤੇ ਇਸ ਕੁਰਬਾਨ ਹੋਏ ਲੈ ਨੂੰ ਪਛਾਣ ਇਸ ਦੀ ਕੁਰਬਾਨੀ ਤੋਂ ਰਾਜੀ ਹੋ ਕੇ ਤੂੰ ਸਾਡਾ ਆਪਣੇ ਨਾਲ ਮੇਲ ਕਰਾਇਆ ਹੈ ਬਖਸ਼ਦੇ ਕਿ ਅਸੀਂ ਤੇਰੇ ਬੇਟੇ ਦੇ ਬਦਨ ਅਤੇ ਲਹੂ ਨਾਲ ਰਜਾਏ ਹੋਏ ਅਤੇ ਉਸ ਨੂੰ ਉਸਦੇ ਰੂਪ ਪਾਕ ਨਾਲ ਫਰੂਰ ਹੋ ਕੇ ਮਸੀਹ ਵੀ ਦੇ ਵਿੱਚ ਏਕ ਸਰੀਰ ਅਤੇ ਏਕ ਰੂਹ ਬਣ ਜਾਈਏ ਉਹ ਸਾਨੂੰ ਤੇਰੇ ਲਈ ਸਦੀਵੀ ਨਜ਼ਰਾਨਾ ਬਣਾਵੇਂ ਤਾਂ ਜੋ ਅਸੀਂ ਤੇਰੇ ਚੁਣਿਆ ਹੋਇਆ ਨਾਲ ਖਾਸ ਕਰਕੇ ਧੰਨ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ ਉਸੇ ਕੁਆਰੀ ਦੇ ਮੁਬਾਰਕ ਵਾਰ ਸੰਤ ਯੂਸਫ ਦੇ ਨਾਲ ਤੇਰੇ ਧੰਨ ਰਸੂਲਾਂ ਨਾਲ ਤੇਜਸਵੀ ਸ਼ਹੀਦਾਂ ਨਾਲ ਸੰਤ ਜੌਨ ਬਿਆਨੀ ਅਤੇ ਤੇਰੇ ਸਾਰੇ ਸੰਤਾਂ ਨਾਲ ਉਹਨਾਂ ਦੇ ਵਿਰਸੇ ਦੇ ਵਾਰਸ ਬਣ ਜਾਈਏ ਇਹਨਾਂ ਵੱਲੋਂ ਤੇਰੀ ਹਾਜ਼ਰੀ ਵਿੱਚ ਲਗਾਤਾਰ ਕੀਤੀ ਜਾਣ ਵਾਲੀ ਸਿਫਾਰਿਸ਼ ਦੀ ਯਕੀਨੀ ਮਦਦ ਉੱਤੇ ਅਸੀਂ ਭਰੋਸਾ ਰੱਖਦੇ ਹਾਂ ਐ ਪ੍ਰਭੂ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਾਡੇ ਮੁੜ ਮਿਲਾਪ ਦੀ ਇਹ ਕੁਰਬਾਨੀ ਸਭ ਦੁਨੀਆ ਦੀ ਸ਼ਾਂਤੀ ਅਤੇ ਮੁਕਤੀ ਲਈ ਅਸਰਦਾਇਕ ਹੋਵੇ ਤੂੰ ਕਿਰਪਾ ਕਰਕੇ ਇਸ ਧਰਤੀ ਉੱਤੇ ਫੈਲੀ ਆਪਣੀ ਯਾਤਰੀ ਕਲੀਸੀਆ ਨੂੰ ਆਪਣੇ ਸੇਵਕ ਸਾਡੇ ਸੰਤ ਪਾਪਾ ਫਰਾਂਸਿਸ ਨੂੰ ਸਾਡੇ ਵਿਸ਼ਵਾਂ ਅਗਨੈਲੋ ਅਤੇ ਫਰੈਂਕੋ ਨੂੰ ਕੁੱਲ ਦੁਨੀਆ ਦੇ ਵਿਸ਼ਵਾਂ ਪੁਰੋਹਿਤਾਂ ਅਤੇ ਸਭ ਲੋਕਾਂ ਨੂੰ ਜਿਨ੍ਹਾਂ ਨੂੰ ਤੂੰ ਆਪਣਾ ਬਣਾ ਰਿਹਾ ਹੈ ਇਮਾਨ ਅਤੇ ਪਿਆਰ ਵਿੱਚ ਮਜ਼ਬੂਤ ਬਣਾਉਣ ਦੀ ਮਿਹਰਬਾਨੀ ਕਰ ਕਿਰਪਾ ਕਰਕੇ ਇਸ ਪਰਿਵਾਰ ਦੀਆਂ ਪ੍ਰਾਰਥਨਾਵਾਂ ਨੂੰ ਕਬੂਲ ਕਰ ਜਿਸ ਨੂੰ ਤੂੰ ਆਪਣੇ ਸਾਹਮਣੇ ਸੱਦਣ ਦੀ ਮਿਹਰ ਕੀਤੀ ਹੈ ਐ ਦਿਆਲੂ ਬਾਪ ਸੰਸਾਰ ਭਰ ਵਿੱਚ ਖਿਲਰੇ ਹੋਏ ਆਪਣੇ ਸਾਰੇ ਬੱਚਿਆਂ ਨੂੰ ਆਪਣੇ ਕੋਲ ਇਕੱਠੇ ਕਰਨ ਦੀ ਕਿਰਪਾ ਕਰ ਸਾਡੀ ਮੋਏ ਹੋਏ ਭੈਣ ਭਰਾਵਾਂ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਤੈਨੂੰ ਖੁਸ਼ ਕਰਦਿਆਂ ਇਸ ਸੰਸਾਰ ਵਿੱਚੋਂ ਚਲਾਣਾ ਕਰ ਗਏ ਹਨ ਮਿਹਰ ਨਾਲ ਆਪਣੇ ਰਾਜ ਵਿੱਚ ਦਾਖਲ ਕਰ ਉੱਥੇ ਅਸੀਂ ਤੇਰੀ ਵੱਡੀ ਸ਼ਾਨ ਦੀ ਖੁਸ਼ੀ ਵਿੱਚ ਸਦਾ ਨਿਹਾਲ ਰਹਿਣ ਦੀ ਉਮੀਦ ਰੱਖਦੇ ਹਾਂ ਸਾਡੇ ਪ੍ਰਭੂ ਮਸੀਹ ਦੇ ਰਾਹੀਂ ਜਿਹਦੇ ਰਾਹੀਂ ਤੂੰ ਦੁਨੀਆਂ ਨੂੰ ਹਰ ਚੰਗੀ ਦਾਤ ਬਖਸ਼ਦਾ ਹੈ
उस तेरा मत उस नाल दे उस विच ये गुदा पूरी कुदरत वाले बाप रूप आखती एकदा विच सब जलाल दे बढ़ियाई तेरी ये सदा तोम सदा तीकर आओ असीं सारे मिलके खुदा बाप अगे प्रार्थना करिए जिस तरह प्रभु यीशु मसीह ने सानू सिखाया है ये सड़े बाप जिरा आसमान ते है तेरा नाम पाक करिया जावे तेरा राज आवे तेरी मर्जी जिस आसमान ते बरी दिए जमीन ते भी होवे साडे रोज रोटिया संते साडे कसूर सानु माफ कर जिस तरह से अपने कसूर माफ करते हां संज मैश ना पास सगो ग्रह के बचा आमीन हे प्रभु असीं प्रार्थना करते हैं सब बुराइयां तो सानू बचा अपने देव ने साढ़े दिलों में शांति दे तांजो तेरी दया के मत नाल असीं हमेशा गुनाहों तो मुक्त रहीए अते हर मुसीबत नूं सुरक्षित रहीए जिवें मुबारक में रखते हुए असीं यीशु मसीह साढ़े मुक्ति आदे दी आउण दी उड़ीक करदे गा ये प्रभु यीशु मसीह तू अपने निश्चयां नूं आखिया मैं तुहानूं शांति दिंदा हाँ अपनी शांति मैं तुहानूं प्रदान करता गा तू साडे गुनाहां नगी सगो अपने कलीसिया दे ईमान वेख असीं उसनूं अपनी मर्जी मुताबिक शांति देगदा प्रदान कर तू जो जीवन दा राज करता आगे सदा तुम साथी कर आमीन प्रभु दी शांति सदा तुहाडे नाल होवे अते तुहाडे नाल वी होवे आओ स्यापो शान दा सलाम देईए शांति ते आनंद दे सानू शांति ते आनंद दे ਇਹਨੂੰ ਵੇਖੋ ਜਿਹੜਾ ਸੰਸਾਰ ਦੇ ਗੁਨਾਹ ਚੁੱਕ ਲੈਂਦਾ ਹੈ ਦਾਨ ਨੋ ਜਿਹੜੇ ਲੈ ਲੈਦੇ ਭੋਜਨ ਲਈ ਸਦੇ ਗਏ ਹਨ ਐ ਪ੍ਰਭੂ ਮੈਂ ਸੋ ਗਈ ਹਾਂ ਕਿ ਤੂੰ ਮੇਰੀ ਸਾਥ ਲਿਆਵੇ ਪਰ ਇਹ ਕੀ ਸ਼ਬਦ ਆਖ ਤੇ ਮੇਰੀ ਜੋ ਚੰਗੀ ਹੋ ਜਾਵੇਗੀ ਦੁਆ ਪਾਕਸ਼ ਰਾਕਤ ਲੈਣ ਤੋਂ ਪਹਿਲਾਂ ਐ ਮੁਬਾਰਕ ਮਰੀਮ ਤੇਰਾ ਪਿਆਰਾ ਬੇਟਾ ਰੋਟੀ ਦੇ ਰੂਪ ਵਿੱਚ ਸਾਡੇ ਦਿਲਾਂ ਵਿੱਚ ਆਉਣ ਵਾਲਾ ਹੈ ਸਾਡੇ ਲਈ ਦੁਆ ਕਰ ਤਾਂ ਕਿ ਅਸੀਂ ਵੀ ਤੇਰੇ ਵਾਂਗ ਉਸ ਨੂੰ ਮੰਨੀਏ ਅਤੇ ਪਿਆਰ ਕਰੀਏ ਏ ਸੰਤ ਯੋਸਫ ਜਿਸ ਤਰ੍ਹਾਂ ਤੂੰ ਮਸੀਹ ਨੂੰ ਪਾਲਿਆ ਉਸੇ ਤਰ੍ਹਾਂ ਸਾਨੂੰ ਵੀ ਉਸ ਦੀ ਸੇਵਾ ਕਰਨੀ ਸਿੱਖਾ ਆਮੀਨ ਹੁਣ ਪਾਕ ਸ਼ਰਾਕਤ ਲੈਣ ਦਾ ਸਮਾਂ ਹੈ ਸੋ ਮਿਹਰਬਾਨੀ ਕਰਕੇ ਉਹੀ ਭੈਣ ਭਰਾ ਅੱਗੇ ਆ ਕੇ ਪਾਕ ਸ਼ਰਾਕਤ ਲੈਣ ਜੋ ਪਹਿਲਾਂ ਪਾਕ ਸ਼ਰਾਕਤ ਲੈਂਦੇ ਹਨ ਅਤੇ ਜੋ ਕੈਥਲਿਕ ਵਿਸ਼ਵਾਸੀ ਹਨ ਜਿਨ੍ਹਾਂ ਦਾ ਕੈਥਲਿਕ ਵਿਸ਼ਵਾਸ ਦੇ ਵਿੱਚ ਬਪਤਿਸਮਾ ਹੋਇਆ ਹੈ ਅਤੇ ਜੋ ਪਾਕ ਸ਼ਰਾਕਤ ਨਹੀਂ ਲੈਂਦੇ ਹਨ ਜਾਂ ਪਹਿਲੀ ਵਾਰੀ ਗਿਰਜਾ ਘਰ ਵਿੱਚ ਆਏ ਨੇ ਉਹਨਾਂ ਦਾ ਸਵਾਗਤ ਹੈ
वह भजन मंडली के नाल मिल के प्रभु की महिमा के लिए भजन गाउन अते प्रार्थना करन। शिफा तू बीमारों को, शिफा का तू है दरिया। प्यासे है प्यासे बुझा, चश्मे बहा यीशु चश्मे बहा। प्यासे है प्यासे बुझा, चश्मे बहा यीशु चश्मे बहा। जिसने का पिलाया अमृत जल वो बन के आया। अमृत जल दे पिला, शिवा का तू है दरिया। प्यासे है प्यासे बुझा, चश्मे बहा यीशु चश्मे बहा। प्यासे है प्यासे बुझा, चश्मे बहा यीशु चश्मे बहा। बहती नदियां जो तेरा होता, बहने मुझ में नसा। शिफा का तू है दरिया, प्यासे है प्यासे बुझा, चश्मे बहा यीशु चश्मे बहा। प्यासे प्यासे बुझा, चश्मे बहा यीशु चश्मे बहा। दे शिफा तू बीमारों को, शिफा का तू है दरिया। प्यासे है प्यासे बुझा, चश्मे बहा यीशु चश्मे बहा। प्यासे है प्यासे बुझा, चश्मे बहा यीशु चश्मे बहा। दे शिफा तू बीमारों को,
शिफा का तू है दरिया, प्यासे है प्यासे बुझा, चश्मे बहा यीशु चश्मे बहा, प्यासे है प्यासे बुझा, चश्मे बहा यीशु चश्मे बहा, चश्मे बहा यीशु चश्मे बहा, चश्मे बहा यीशु चश्मे बहा। पाक शराकत रूप में प्रभु यीशु मसीह साडे दिलों में आए हैं। आओ असीं सारे अपने गुटियां दे बल होंदे हुए अपने दिलों की गहराइया तो खुदा का धन्यवाद करिए, उस दे नाम की वडियाई और स्तुति करिए। दुआवां पाक शराकत लैंदे पिछों सिजदे दा अमल ऐ इलाही यीशु जिहड़ा सचमुच मेरे दिल में आया है, मैं सारे फरिश्तियां अते पाक लोकां नाल तैनूं सिजदा करदा हाँ। तू मेरा खालिक अते मालिक है, सदा तीकर अते सारी जमीन दे कंडियां तीकर तेरी बजुर्गी वडियाई अते बंदगी कीती जावे। ऐ मेहरबान यीशु मैं तेरियां रहमतां दे बदले तैनूं की देवां, मैं कख अते मिट्टी किस तरह तेरा शुक्र करां, मैं तेरियां रहमतां दे गीत सदा ही गावांगा, मैं अपना बदन अते रूह ख्यालां अते दिवेलां गल्लां अते कम्मां खुशियां अते दुखां नाले जिंदगी अते मौत नूं तेरी नज़र करदा हां। मेरे बदन लै लै इहदे विच वस अते इहनूं सब गुनाही शहवत तों साफ रख, मेरी मर्जी नूं लै लै अते इहनूं अपनी मर्जी उत्ते चला, मेरी याद नूं लै लै अते इहदे विच रिहा कर तां जो मैं तैनूं कदी ना भुल्लां, मेरी अकल नूं लै लै इहनूं वधा तां जो मैं तैनूं वधीक जाणा अते प्यार करां, मैनूं सारे नूं लै लै तां जो मैं सब कुछ तेरे ही प्यार वास्ते करिया करांगा, आमीन। दुआ ए रूह मसीह दी, ए रूह मसीह दी मैनू पाक कर, ए बदन मसीह दे मैनू बचा, ए लहू मसीह दे मैनू खुशी नाल रज़ा, ए पानी मसीह दी बखी दे मैनू धो दे, ए दुख मसीह दे मैनू मजबूत कर, ए रहीम यीशु मेहरबानी नाल मेरी सुन, मैनू अपने जख्मां विच छुपा लै, मैनू अपने कोलों वख ना होण दे, मैनू शैतान वैरी तों बचा अते मरण दे वेले मैनू अपने कोल बुला, मैनू अपने कोल आउण दा हुक्म दे तां जो मैं तेरे पाक लोकां नाल सदा तीकर तेरी वडियाई करदा रहां, आमीन। ऐ महा मुबारक संत माइकल खुदा दे वड्डे फरिश्ते, तू लड़ाई दे वेले सानूं संभाल, शैतान अते उस दीआं बुराईआं उस दे फंदिआं विचों बचण लई साडी मदद कर। असीं निमरता नाल मिन्नत करदे हां कि खुदा आनंद दबकावे नाले आसमानी फौज दे सरदारां, खुदा दी कुदरत नाल शैतान अते होर सारीआं बदरूहां नूं जो दुनिया के बंदियां दा नाश कर ली तुरदियां फिरदियां हन उन्हां नूं दोसक विच सुट दे, आमीन। पूरी कुदरत वाले ने मेरे लिए महान काम किए हैं, उसका नाम पवित्र है। असी प्रार्थना करिए, ये खुदा साडे बाप तेरे बेटे यीशु मसीह की माँ मरियम दे आदर विच चढ़ाई गई इस पाक मास विच तू सानू अपने मुक्ति का किसेदार बनाया है, बख्श दे कि असी तेरिया बरकतों की भरपूरी पाइए अरे हमेशा होर डूंगाई नाल नजात दे फे दे किसेदार बनीए। साढ़े प्रभु मसीह दे रागीम प्रभु तुआड़े नाल होवे। सर्वशक्तिमान खुदा बाप ते बेटे ते रूह भक्त नूं आशीर्वाद देवे, मसीह दी शांति विच आईए, खुदा दा शुक्र होवे। दुआ याद कर, याद कर ऐ नहायत मेहरबान कुआरी मरियम, भई कदे नहीं सुनिया गया कोई तेरी पना लगदे हां, तेरी मदद चाहुंदे हां, तेरी सिफारिश मांगदे हां, ते तो खाली गया होवे ऐ कुआरी कुआरियां दी अदे मेरी मां, मैं रसाली नाल तेरे कोल मैं सांदा हां, तेरे दिख लोके मैं गुनाही रोंदा हां, ऐ ते तारे कलाम दी मां मैं अर्जन हो के ना जान सगो मेहरबानी नाल सुन अते कबूल कर, आमीन। मुबारक मरियम शांति दी रानी साडे लई दुआ कर। जलंधर डायसिस नूं मां मरियम दे बेताग दिल लई समर्पण प्रार्थना। ऐ मां मरियम, ऐ मां मरियम धरती अते आसमान दी रानी, धरती अते आसमान दी रानी, असीं तैनूं, असीं तैनूं अपनी मां मनदे हां, अपनी मां मनदे हां, असीं अपने मां बाप नूं, असीं अपने मां बाप नूं
ਆਪਣੀ ਭੈਣ ਭਰਾਵਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਜਲੰਧਰ ਡਾਇਸਿਸ ਨੂੰ ਜਲੰਧਰ ਡਾਇਸਿਸ ਨੂੰ ਸਾਡੇ ਭਾਰਤ ਦੇਸ਼ ਨੂੰ ਸਾਡੇ ਭਾਰਤ ਦੇਸ਼ ਨੂੰ ਅਤੇ ਸਾਰੀ ਮਨੁੱਖ ਜਾਤੀ ਨੂੰ ਅਤੇ ਸਾਰੀ ਮਨੁੱਖ ਜਾਤੀ ਨੂੰ ਤੇਰੇ ਬੇਦਾਗ ਦਿਲ ਲਈ ਤੇਰੇ ਪਾਕ ਦਿਲ ਲਈ ਸਮਰਪਣ ਕਰਦੇ ਹਾਂ ਸਮਰਪਣ ਕਰਦੇ ਹਾਂ ਐ ਸਾਡੀ ਪਿਆਰੀ ਮਾਂ ਐ ਸਾਡੀ ਪਿਆਰੀ ਮਾਂ ਸਾਡੇ ਉੱਤੇ ਰਾਜ ਕਰ ਸਾਡੇ ਉੱਤੇ ਰਾਜ ਕਰ ਅਤੇ ਸਾਡੇ ਨਾਲ ਰਹਿ ਅਤੇ ਸਾਡੇ ਨਾਲ ਰਹਿ ਤਾਂ ਕਿ ਅਸੀਂ ਤੇਰੇ ਹੋ ਜਾਈਏ ਤੇਰੇ ਹੋ ਜਾਈਏ ਖੁਸ਼ਹਾਲੀ ਅਤੇ ਮੁਸੀਬਤ ਵਿੱਚ ਖੁਸ਼ਹਾਲੀ ਅਤੇ ਮੁਸੀਬਤ ਵਿੱਚ ਸੁੱਖ ਅਤੇ ਦੁੱਖ ਵਿੱਚ ਸੁੱਖ ਅਤੇ ਦੁੱਖ ਦੇ ਵਿੱਚ ਤੰਦਰੁਸਤੀ ਅਤੇ ਬਿਮਾਰੀ ਵਿੱਚ ਤੰਦਰੁਸਤੀ ਅਤੇ ਬਿਮਾਰੀ ਵਿੱਚ ਜੀਵਨ ਅਤੇ ਮੌਤ ਵਿੱਚ ਜੀਵਨ ਅਤੇ ਮੌਤ ਵਿੱਚ ਖੁਦਾ ਦੇ ਵਫਾਦਾਰ ਰਹਿਣ ਵਾਸਤੇ ਖੁਦਾ ਦੇ ਵਫਾਦਾਰ ਰਹਿਣ ਵਾਸਤੇ ਐ ਮਾਂ ਐ ਮਾਂ ਸਾਡੀ ਸਹਾਇਤਾ ਕਰ ਸਾਡੀ ਸਹਾਇਤਾ ਕਰ ਐ ਤਰਸਮੰਦ ਮਾਂ ਐ ਤਰਸਮੰਦ ਮਾਂ ਐ ਕੁਆਰੀਆਂ ਦੀ ਰਾਣੀ ਐ ਕੁਆਰੀਆਂ ਦੀ ਰਾਣੀ ਸਾਡੇ ਦਿਲਾਂ ਤੇ ਸਾਡੇ ਦਿਲਾਂ ਤੇ ਦਿਮਾਗਾਂ ਉੱਤੇ ਦਿਮਾਗਾਂ ਉੱਤੇ ਨਿਗਾਹ ਰੱਖ ਨਿਗਾਹ ਰੱਖ ਅਤੇ ਸਾਨੂੰ ਬੁਰੀ ਖਾਹਿਸ਼ ਤੋਂ ਬੁਰੀ ਖਾਹਿਸ਼ ਤੋਂ ਬਚਾਈ ਰੱਖ ਬਚਾਈ ਰੱਖ ਐ ਪਵਿੱਤਰ ਮਾਂ ਪਵਿੱਤਰ ਮਾਂ ਤੂੰ ਦੀਨ ਦੁਖੀਆਂ ਦਾ ਆਸਰਾ ਹੈ ਦੀਨ ਦੁਖੀਆਂ ਦਾ ਆਸਰਾ ਹੈ ਸਾਡੀ ਮਦਦ ਕਰ ਸਾਡੀ ਮਦਦ ਕਰ ਤਾਂ ਕਿ ਅਸੀਂ ਗਰੀਬਾਂ ਅਤੇ ਲੋੜਵੰਦਾਂ ਦੀ ਗਰੀਬਾਂ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਸਹਾਇਤਾ ਕਰਨ ਦੇ ਲਈ ਹਮੇਸ਼ਾ ਤਿਆਰ ਰਹੀਏ ਹਮੇਸ਼ਾ ਤਿਆਰ ਰਹੀਏ ਸਾਡੇ ਸਮਾਜ ਵਿੱਚ ਸਮਾਜ ਵਿੱਚ ਊਚ ਨੀਚ ਦੀ ਊਚ ਨੀਚ ਦੀ ਭਾਵਨਾ ਨੂੰ ਭਾਵਨਾ ਨੂੰ ਖਤਮ ਕਰਨ ਲਈ ਖਤਮ ਕਰਨ ਲਈ ਸਾਰੇ ਲੋਕਾਂ ਦੇ ਇਨਸਾਫ ਅਤੇ ਹੱਕਾਂ ਵਾਸਤੇ ਇਨਸਾਫ ਅਤੇ ਹੱਕਾਂ ਵਾਸਤੇ ਖੜੇ ਹੋਣ ਲਈ ਖੜੇ ਹੋਣ ਲਈ ਐ ਮਾਂ ਐ ਮਾਂ ਸਾਨੂੰ ਦਲੇਰੀ ਸਾਨੂੰ ਦਲੇਰੀ ਅਤੇ ਹਿੰਮਤ ਬਖਸ਼ ਅਤੇ ਹਿੰਮਤ ਬਖਸ਼ ਐ ਮਾਂ ਮਰੀਆ ਐ ਮਾਂ ਮਰੀਆ ਸ਼ਾਂਤੀ ਦੀ ਮਹਾਰਾਣੀ ਸ਼ਾਂਤੀ ਦੀ ਮਹਾਰਾਣੀ ਅਸੀਂ ਆਪਣੇ ਪਰਿਵਾਰਾਂ ਵਾਸਤੇ ਅਸੀਂ ਆਪਣੇ ਪਰਿਵਾਰਾਂ ਵਾਸਤੇ ਆਪਣੇ ਦੇਸ਼ ਵਾਸਤੇ ਆਪਣੇ ਦੇਸ਼ ਵਾਸਤੇ ਸਾਰੇ ਸੰਸਾਰ ਵਾਸਤੇ ਸੰਸਾਰ ਵਾਸਤੇ ਸ਼ਾਂਤੀ ਸ਼ਾਂਤੀ ਪਿਆਰ ਪਿਆਰ ਅਤੇ ਨਿਆਂ ਪਾਉਣਾ ਚਾਹੁੰਦੇ ਹਾਂ ਅਤੇ ਨਿਆਂ ਪਾਉਣਾ ਚਾਹੁੰਦੇ ਹਾਂ ਅਸੀਂ ਸਰਬੱਤ ਦਾ ਭਲਾ ਚਾਹੁੰਦੇ ਹਾਂ ਅਸੀਂ ਸਰਬੱਤ ਦਾ ਭਲਾ ਚਾਹੁੰਦੇ ਹਾਂ ਐ ਪਾਕ ਮਾਂ ਖੁਦਾ ਦੀ ਐ ਪਾਕ ਮਾਂ ਖੁਦਾ ਦੀ ਅਸੀਂ ਤੇਰੇ ਵਾਂਗੂ ਅਸੀਂ ਤੇਰੇ ਵਾਂਗੂ ਪਾਕ ਰਹਿਣਾ ਚਾਹੁੰਦੇ ਹਾਂ ਪਾਕ ਰਹਿਣਾ ਚਾਹੁੰਦੇ ਹਾਂ ਅਸੀਂ ਉਹਨਾਂ ਸਾਰੇ ਗੁਨਾਹਾਂ ਲਈ ਜਿਹੜੇ ਪ੍ਰਭੂ ਯਿਸੂ ਮਸੀਹ ਦੇ ਜਿਹੜੇ ਪ੍ਰਭੂ ਯਿਸੂ ਮਸੀਹ ਦੇ ਵਿਰੁੱਧ ਕੀਤੇ ਹਨ ਵਿਰੁੱਧ ਕੀਤੇ ਗਏ ਹਨ ਕੁਫਾਰਾ ਦੇਣਾ ਚਾਹੁੰਦੇ ਹਾਂ ਕੁਫਾਰਾ ਦੇਣਾ ਚਾਹੁੰਦੇ ਹਾਂ ਐ ਪਾਕਮਾ ਕਲੀਸੀਆ ਦੀ ਐ ਪਾਕਮਾ ਕਲੀਸੀਆ ਦੀ ਹੁਣ ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਤੇਰੀਆਂ ਨੇਕੀਆਂ ਦੀ ਪੈਰਵੀ ਕਰਾਂਗੇ ਅਤੇ ਦੁਨਿਆਵੀ ਖਾਹਿਸ਼ਾਂ ਦੀ ਅਤੇ ਦੁਨਿਆਵੀ ਖਾਹਿਸ਼ਾਂ ਦੀ ਪਰਵਾਹ ਨਾ ਕਰਦੇ ਹੋਏ ਮਸੀਹ ਜ਼ਿੰਦਗੀ ਨੂੰ ਅਮਲ ਵਿੱਚ ਲਿਆਵਾਂਗੇ ਅਮਲ ਵਿੱਚ ਲਿਆਵਾਂਗੇ ਅਸੀਂ ਵਾਅਦਾ ਕਰਦੇ ਹਾਂ ਕਿ ਆਪੋ ਆਪਣੇ ਪਰਿਵਾਰ ਵਿੱਚ ਮਾਂ ਬਾਪ ਅਤੇ ਬੱਚੇ ਇਕੱਤਰ ਹੋ ਕੇ ਹਰ ਰੋਜ਼ ਪਾਕ ਰੋਜ਼ਰੀ ਦੀ ਦੁਆ ਪੜਾਂਗੇ ਅਸੀਂ ਇਹ ਸਮਰਪਣ ਕਰਦੇ ਹਾਂ ਸਮਰਪਣ ਕਰਦੇ ਹਾਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ ਸਲਾਮ ਐ ਮਰੀਅਮ ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇ ਨਾਲ ਹੈ ਤੂੰ ਔਰਤਾਂ ਵਿੱਚੋਂ ਧਨ ਹੈ ਨਾਲੇ ਧਨ ਹੈ ਤੇਰੀ ਕੁੱਖ ਦਾ ਫਲ ਯਿਸੂ ਆਏ ਹਜ਼ਰਤ ਮਰੀਅਮ ਖੁਦਾ ਦੀ ਮਾਂ ਸਭ ਨਗਰ ਲਈ ਦੁਆ ਕਰ ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ ਸਲਾਮ ਐ ਮਰੀਅਮ ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇ ਨਾਲ ਹੈ ਤੂੰ ਔਰਤਾਂ ਵਿੱਚੋਂ ਧਨ ਹੈ ਨਾਲੇ ਧਨ ਹੈ ਤੇਰੀ ਕੁੱਖ ਦਾ ਫਲ ਯਿਸੂ ਆਏ ਹਜ਼ਰਤ ਮਰੀਅਮ ਖੁਦਾ ਦੀ ਮਾਂ ਸਭ ਨਗਰ ਲਈ ਦੁਆ ਕਰ ਸਲਾਮ ਐ ਮਰੀਅਮ ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੂੰ ਔਰਤਾਂ ਵਿੱਚੋਂ ਧਨ ਹੈ ਨਾਲੇ ਧਨ ਹੈ ਤੇਰੀ ਕੁੱਖ ਦਾ ਫਲ ਯਿਸੂ ਹਜ਼ਰਤ ਮਰੀਅਮ ਖੁਦਾ ਦੀ ਮਾਂ ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ ਸ਼ਾਂਤੀ ਦੀ ਮਹਾਰਾਣੀ ਮੁਬਾਰਕ ਮਾਂ ਮਰੀਅਮ ਸਾਡੇ ਲਈ ਦੁਆ ਕਰ ਸ਼ਾਂਤੀ ਦੀ ਮਹਾਰਾਣੀ ਮੁਬਾਰਕ ਮਾਂ ਮਰੀਅਮ ਸਾਡੇ ਲਈ ਦੁਆ ਕਰ ਸ਼ਾਂਤੀ ਦੀ ਮਹਾਰਾਣੀ ਮੁਬਾਰਕ ਮਾਂ ਮਰੀਅਮ ਸਾਡੇ ਲਈ ਦੁਆ ਕਰ ਬਾਪ ਅਤੇ ਬੇਟੇ ਤੇਰੇ ਪਾਕ ਦੀ ਵਡਿਆਈ ਹੋਵੇ ਜਿਹੜੀ ਬੜੇ ਸਿਨਿਆਂ ਦਾ ਮੇਸ਼ ਹੋਵੇ ਕਿ ਆਮੀਨ ਬਾਪ ਬੇਟਾ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ ਫਾਦਰ ਜੋਸਫ ਤਕੜੀ
ते फादर सामुएल नायर दा धन्नवाद करदे हाँ जिन्हां ने अज साडे लई पाक मास की कुरबानी छड़ाए ते प्रभु दा वचन सुनाए ते तुहाडे विचों हरेक दी जो अपना समा निकाल के मां मरियम दे इस तीर्थ स्थान विच आके प्रार्थना कीता तुहाडा सारियां दा धन्नवाद करदे हाँ। मां मरियम दे सिफारिश दे राही परमेश्वर की कृपा ते फसल तुहाडे नाल बने रहे प्रार्थना करदे हाँ। आए हुए फादर साहिबाना नूं थोड़ा सा यादगिरी विच सन्मान करना चाहेगा। इस दे नाल जेकर कोई जूबली वाले है सिस्टर लोग जिन्हां दी समर्पित जीवन दे जूबली है 25 साल दी 40 साल दी 50 साल दी इसी तरह विआह वाले जोड़े पति पत्नी दोवे आया है जिन्हां दी 25 साल हो गया या 50 साल हो गया विआह शादी होए नूं असीं उन्हां नूं भी सन्मान करांगे कि जेकर ऐसे है तो अगे आओ। तो फादर जी दे अगे भी बेनती करांगा कि अगे आवन ते असीं मां मरियम दी यादगिरी विच छोटी सी तोहफा स्वीकार करें। सारियां दा धन्नवाद। हुण असीं रोसरी माला दी जाप शोभा यात्रा दे विच असीं बाहर निकल के दो लाइनां दे विच जावांगे। जिस तरह मैं शुरू विच तुहानूं याद कराया कि दूरी रखना है, मास्क पहनना है, अपने आप को संभालना है, अपना हाथ साफ रखना, ये सब गल्लां ध्यान रखना चाहिदा है। ते असीं प्रार्थना दे रूप दे विच शोभा यात्रा दे विच मां मरियम दी स्टैचू नूं लेके सेवादार लोग वॉलंटियर लोग अगे चलनगे ते असी मगर मगर सारे दो लाइनां दे विच रोसरी माला जाप के जावांगे ते खोयर अपनी जगह दे विच रोसरी माला दी अगवाई करनगे। बाबा जी शुरू करो। आओ हुण असी सारे मिलके बड़े आदर दे नाल शांति दी राणी मुबारक मां मरियम दी शान दे विच खास करके पवित्र रोजरी दा जाप करन दे लई जा रहे हाँ और इस यात्रा दे विच भाग लैण दे लई जा रहे हाँ। असीं सारे गिरजाघर तों बाहर जा के दो लाइनां दे विच खड़े हो जावांगे। तुहाडे सारिआं दी अग्गे बेनती है कि तुसीं सारे गिरजाघर तों बाहर जा के दो लाइनां दे विच खड़े हो जाओ, मोमबत्तियां जला लवो और असीं हुण इस शोभा यात्रा विच भाग लैंदे हुए रोजरी माला दा जाप करदे हुए अपनियां वख वख लोड़ां जरूरतां खुदा दे अग्गे समर्पण करिए मां मरियम दी सिफारिश दे द्वारा। आओ हुण असीं सारे मिल के बड़े आदर दे नाल श्रद्धा भावना दे नाल इस रोजरी जाप दे विच भाग लिए और यात्रा दे विच हिस्सा लिए। बाप अते बेटे अते रूपाक दे नाम उत्ते आमीन। रसूलां दा कलमा मैं खुदा ते ईमान रखदा हाँ जिहड़ा बाप पूरी कुदरत वाला आसमान ते जमीन दा पैदा करन वाला है। मैं यीशु मसीह ते ईमान रखदा हाँ जिहड़ा उसदा इकलौता बेटा ते साडा खुदावंद है। उह रूपाक दी कुदरत नाल कुआरी मरियम दे गर्भ विच पिया ते उस तों जम्मिया। उसने पैंतीस पिलातुस दे अहद विच दुख उठाया, सलीब ते चढ़ाया गया, मर गया ते दबिया गया, अरजक भी जाग रिया, तीसरे दिहाड़े मुर्दिया विच जी उठिया, आसमान ते चढ़ गया, खुदा बाप पूरी कुदरत वाले दे सज्जे हथ जा बैठा, जिथे जिउंदिआं नूं मुर्दिआं नाल साफ करन लई फेर आवेगा। मैं ईमान रखदा हूँ पाप ते पाप कैथलिक कलीसिया, पाप लोकां दी शराकत, गुनाहां दी माफी, जिसम दा जी उठना, हमेशा दी जिंदगी उत्ते आमीन। तेरा नाम पाक मनिया जावे, तेरा रहा जावे, तेरी मर्जी जिस तरह आसमान ते पुरिंदी है
जमीन ते भी होवे साडी रोज रोटी आज सांदे साडे कसूर सानु माफ कर जिस तरह से अपने कसूरवारा नु माफ कर दिया सानु जमा शिक्षा पास सगो बुराई तो बचा आमीन। सलाम ए मरियम फजल नाल परी हुई खुदावन त्री नाल है तू औरतां विचो तन है नले तन है तेरी कुख दा फल यीशु मरियम खुदा दी मां असा गुणा कर ले दुआ कर उनते साडी पौध दे मिले आमीन। सलाम ए मरियम फजल नाल परी हुई खुदावन त्री नाल है तौरतां विचो तन है नले तन है तेरी कुख दा फल यीशु ऐ हजरत मरियम खुदा दी मां असा गुणा कर ले दुआ कर उनते साडी मौत दे मिले आमीन। सलाम ए मरियम फजल नाल परी हुई खुदावन त्री नाल है तौरतां विचो तन है नले तन है तेरी कुख दा फल यीशु ऐ हजरत मरियम खुदा दी मां असा गुणा कर ले दुआ कर उनते साडी मौत दे मिले आमीन। बाप अते बेटे अते रूह पाक दी वडियाई होवे श्री मुडला के हमेशा तक होएगी आमीन। दुख दा पहला पेद प्रभु यीशु मसीह दा गतसमनी बाग विच जान कंदनी होना तेरी मर्जी जे तरह समान ते पूरी हुंदी आ जमीन ते भी होवे साडी रोज रोटी आज सानू दे साडे कसूर सानू माफ कर जिस तरह से अपने कसूरां नू माफ करदे हां सानू अजमाइश विच ना पा सकू बुराई तो बचा आमीन। सलाम ए मरियम फजल नाल भरी होई खुदावन तेरे नाल है तू औरतां विच तन है नाले तन है तेरी कुख दा फल यीशु ऐ हजरत मरियम खुदा दी मां असगना करनी दुआ कर ਹੁਣਤੀ ਸਾਡੀ ਮੌਤ ਤੇ ਮਿਲੇ ਆਮੀਨ। ਸਲਾਮ ਏ ਮਰੀਮ ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੂੰ ਔਰਤਾਂ ਵਿੱਚੋਂ ਤਨ ਹੈ ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯੇਸ਼ੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਅਸਗਨਾ ਕਰਨੀ ਦੁਆ ਕਰ ਹੁਣਤੀ ਸਾਡੀ ਮੌਤ ਤੇ ਮਿਲੇ ਆਮੀਨ। ਸਲਾਮ ਏ ਮਰੀਮ ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੂੰ ਔਰਤਾਂ ਵਿੱਚੋਂ ਤਨ ਹੈ ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯੇਸ਼ੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਅਸਗਨਾ ਕਰਨੀ ਦੁਆ ਕਰ ਹੁਣਤੀ ਸਾਡੀ ਮੌਤ ਤੇ ਮਿਲੇ ਆਮੀਨ। ਸਲਾਮ ਏ ਮਰੀਮ ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੂੰ ਔਰਤਾਂ ਵਿੱਚੋਂ ਤਨ ਹੈ ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯੇਸ਼ੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਅਸਗਨਾ ਕਰਨੀ ਦੁਆ ਕਰ ਹੁਣਤੀ ਸਾਡੀ ਮੌਤ ਤੇ ਮਿਲੇ ਆਮੀਨ। ਸਲਾਮ ਏ ਮਰੀਮ ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੂੰ ਔਰਤਾਂ ਵਿੱਚੋਂ ਤਨ ਹੈ ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯੇਸ਼ੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਅਸਗਨਾ ਕਰਨੀ ਦੁਆ ਕਰ ਹੁਣਤੀ ਸਾਡੀ ਮੌਤ ਤੇ ਮਿਲੇ ਆਮੀਨ। ਸਲਾਮ ਏ ਮਰੀਮ ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੂੰ ਔਰਤਾਂ ਵਿੱਚੋਂ ਤਨ ਹੈ ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯੇਸ਼ੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਅਸਗਨਾ ਕਰਨੀ ਦੁਆ ਕਰ ਹੁਣਤੀ ਸਾਡੀ ਮੌਤ ਤੇ ਮਿਲੇ ਆਮੀਨ। ਸਲਾਮ ਏ ਮਰੀਮ ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੂੰ ਔਰਤਾਂ ਵਿੱਚੋਂ ਤਨ ਹੈ ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯੇਸ਼ੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਅਸਗਨਾ ਕਰਨੀ ਦੁਆ ਕਰ ਹੁਣਤੀ ਸਾਡੀ ਮੌਤ ਤੇ ਮਿਲੇ ਆਮੀਨ। ਸਲਾਮ ਏ ਮਰੀਮ ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੂੰ ਔਰਤਾਂ ਵਿੱਚੋਂ ਤਨ ਹੈ ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯੇਸ਼ੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਅਸਗਨਾ ਕਰਨੀ ਦੁਆ ਕਰ ਹੁਣਤੀ ਸਾਡੀ ਮੌਤ ਤੇ ਮਿਲੇ ਆਮੀਨ। ਸਲਾਮ ਏ ਮਰੀਮ ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੂੰ ਔਰਤਾਂ ਵਿੱਚੋਂ ਤਨ ਹੈ ਨਾਲੇ ਤੇਰੀ ਕੁੱਖ ਦਾ ਫਲ ਯੇਸ਼ੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਅਸਗਨਾ ਕਰਨੀ ਦੁਆ ਕਰ ਹੁਣਤੀ ਸਾਡੀ ਮੌਤ ਤੇ ਮਿਲੇ ਆਮੀਨ। ਸਲਾਮ ਏ ਮਰੀਮ ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੂੰ ਔਰਤਾਂ ਵਿੱਚੋਂ ਤਨ ਹੈ ਨਾਲੇ ਤੇਰੀ ਕੁੱਖ ਦਾ ਫਲ ਯੇਸ਼ੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਅਸਗਨਾ ਕਰਨੀ ਦੁਆ ਕਰ ਹੁਣਤੀ ਸਾਡੀ ਮੌਤ ਤੇ ਮਿਲੇ ਆਮੀਨ। ਆਪ ਤੇ ਬੇਟੇ ਤੇਰੇ ਪਾਕ ਦੀ ਵਡਿਆਈ ਹੋਵੇ ਜਿਹੜੇ ਮੁੰਡੇ ਸੁਣ ਤੇ ਹਮੇਸ਼ਾ ਹੋਵੇ ਗਿਆ ਆਮੀਨ। ਬਾਣੀ ਸੂ ਸਾਡੇ ਗੁਨਾਹ ਸਾਨੂੰ ਮਾਫ ਕਰ ਨਰਕ ਜਾ ਤੂੰ ਸਾਨੂੰ ਬਚਾ ਲੈ ਸਭਰ ਨੂੰ ਸਮਲ ਖਿੱਚ ਲੈ ਖਾਸ ਕਰਕੇ ਉਹਨਾਂ ਨੂੰ ਜਿਹੜੇ ਰਹਿੰਦੇ ਤੇ ਬਹੁਤ ਲੋੜਵੰਦ ਹਨ ਆਮੀਨ। ਦੁੱਖ ਦਾ ਦੂਸਰਾ ਪੀੜ ਪ੍ਰਭੂ ਯੇਸ਼ੂ ਮਸੀਹ ਦਾ ਕੋੜਿਆਂ ਦੇ ਨਾਲ ਮਾਰਿਆ ਜਾਣਾ ਅਈ ਸਾਡੇ ਬਾਪ ਜਿਹੜੇ ਤੂੰ ਸਮਾਂ ਤੇ ਹੈ ਤੇਰਾ ਨਾਮ ਪਾਕ ਮੰਨਿਆ ਜਾਵੇ ਤੇਰਾ ਰਾਜ ਆਵੇ ਤੇਰੀ ਮਰਜ਼ੀ ਜਿਸ ਤਰ੍ਹਾਂ ਸਮਾਂ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ ਸਾਡੀ ਰੋਜ਼ ਰੋਟੀ ਅੱਜ ਸਾਨੂੰ ਦੇ ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰ ਮਾਫ ਕਰਦੇ ਹਾਂ ਸਾਡੀ ਜ਼ਮਾਇਸ਼ ਨਾ ਪਾਸ ਸਗੋ ਬੁਰਾਈ ਤੋਂ ਬਚਾ ਆਮੀਨ। ਸਲਾਮੇ ਮਰੀਮ ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੌਰ ਤਾਂ ਵਿੱਚੋਂ ਤਨ ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯੇਸ਼ੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ
ਜਾਨ ਸਗੁਨਾ ਰਲੀ ਦੁਆ ਕਰ ਹੁਣ ਦੇ ਸਾਡੀ ਮੌਤ ਦੇ ਵੇਲੇ ਆਮੀਨ ਸਲਾਮੇ ਮਰੀਮ ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੂੰ ਔਰਤਾਂ ਵਿੱਚੋਂ ਧਨ ਹੈ ਨਾਲੇ ਧਨ ਹੈ ਤੇਰੀ ਕੁੱਖ ਦਾ ਫਲ ਯਿਸੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਸਗੁਨਾ ਰਲੀ ਦੁਆ ਕਰ ਹੁਣ ਦੇ ਸਾਡੀ ਮੌਤ ਦੇ ਵੇਲੇ ਆਮੀਨ ਸਲਾਮੇ ਮਰੀਮ ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੂੰ ਔਰਤਾਂ ਵਿੱਚੋਂ ਧਨ ਹੈ ਨਾਲੇ ਧਨ ਹੈ ਤੇਰੀ ਕੁੱਖ ਦਾ ਫਲ ਯਿਸੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਸਗੁਨਾ ਰਲੀ ਦੁਆ ਕਰ ਹੁਣ ਦੇ ਸਾਡੀ ਮੌਤ ਦੇ ਵੇਲੇ ਆਮੀਨ ਸਲਾਮੇ ਮਰੀਮ ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਤੋਤਾ ਵਿੱਚੋਂ ਤਨ ਹੈ ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਸਗੁਨਾ ਰਲੀ ਦੁਆ ਕਰ ਹੁਣ ਦੇ ਸਾਡੀ ਮੌਤ ਦੇ ਵੇਲੇ ਆਮੀਨ ਸਲਾਮੇ ਮਰੀਮ ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੋਤਾ ਵਿੱਚੋਂ ਤਨ ਹੈ ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਸਗੁਨਾ ਰਲੀ ਦੁਆ ਕਰ ਹੁਣ ਦੇ ਸਾਡੀ ਮੌਤ ਦੇ ਵੇਲੇ ਆਮੀਨ ਸਲਾਮੇ ਮਰੀਮ ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੋਤਾ ਵਿੱਚੋਂ ਤਨ ਹੈ ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਸਗੁਨਾ ਰਲੀ ਦੁਆ ਕਰ ਹੁਣ ਦੇ ਸਾਡੀ ਮੌਤ ਦੇ ਵੇਲੇ ਆਮੀਨ ਸਲਾਮੇ ਮਰੀਮ ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੋਤਾ ਵਿੱਚੋਂ ਤਨ ਹੈ ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਸਗੁਨਾ ਰਲੀ ਦੁਆ ਕਰ ਹੁਣ ਦੇ ਸਾਡੀ ਮੌਤ ਦੇ ਵੇਲੇ ਆਮੀਨ ਸਲਾਮੇ ਮਰੀਮ ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੋਤਾ ਵਿੱਚੋਂ ਤਨ ਹੈ ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਸਗੁਨਾ ਰਲੀ ਦੁਆ ਕਰ ਹੁਣ ਦੇ ਸਾਡੀ ਮੌਤ ਦੇ ਵੇਲੇ ਆਮੀਨ ਸਲਾਮੇ ਮਰੀਮ ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੋਤਾ ਵਿੱਚੋਂ ਤਨ ਹੈ ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਸਗੁਨਾ ਰਲੀ ਦੁਆ ਕਰ ਹੁਣ ਦੇ ਸਾਡੀ ਮੌਤ ਦੇ ਵੇਲੇ ਆਮੀਨ ਸਲਾਮੇ ਮਰੀਮ ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੋਤਾ ਵਿੱਚੋਂ ਤਨ ਹੈ ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਸਗੁਨਾ ਰਲੀ ਦੁਆ ਕਰ ਹੁਣ ਦੇ ਸਾਡੀ ਮੌਤ ਦੇ ਵੇਲੇ ਆਮੀਨ ਪਾਪ ਅਤੇ ਬੇਟਾ ਦੇ ਰੂਪਾਂ ਦੀ ਵਡਿਆਈ ਹੋਵੇ ਮੇਰੀ ਮੁੜਨਾ ਕਿਵੇਂ ਦੀ ਸ਼ਾਨ ਹੋਏਗੀ ਆਮੀਨ ਹਾਏ ਮੇਰੇ ਹਾਇਤ ਮੇ ਬਾਣੀ ਯਿਸੂ ਸਾਡੇ ਗੁਨਾਹ ਸਾਨੂੰ ਮਾਫ ਕਰ ਨਰਿਆ ਤੋਂ ਸਾਨੂੰ ਬਚਾ ਸਭਰਾਂ ਨੂੰ ਸਵਰਗ ਵੱਲ ਖਿੱਚ ਲੈ ਖਾਸ ਕਰਕੇ ਉਹਨਾਂ ਨੂੰ ਜਿਹੜੇ ਬਹੁਤੇ ਲੋੜਵੰਦ ਨੇ ਆਮੀਨ ਦੁੱਖ ਦਾ ਤੀਸਰਾ ਭੇਦ ਪ੍ਰਭੂ ਯਿਸੂ ਦੇ ਸਿਰ ਤੇ ਕੰਡਿਆਂ ਦਾ ਤਾਜ ਰੱਖਿਆ ਜਾਣਾ ਅਸੀਂ ਸਾਡੀ ਬਾਪ ਜਿਹੜਾ ਅਸਮਾਨ ਤੇ ਆਏ ਤੇਰਾ ਨਾਮ ਪਾਕ ਮੰਨਿਆ ਜਾਵੇ ਤੇਰਾ ਰਾਜ ਆਵੇ ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਦੇ ਆਏ ਜ਼ਮੀਨ ਤੇ ਵੀ ਹੋਵੇ ਸਾਡੀ ਰੋਜ਼ੀ ਰੋਟੀ ਆ ਸਾਨੂੰ ਦੇ ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਾਂ ਨੂੰ ਮਾਫ ਕਰਦੇ ਹਾਂ ਸਾਨੂੰ ਅਜ਼ਮਾਇਸ਼ ਨਾ ਪਾ ਸਗੋ ਬੁਰਾਈ ਤੋਂ ਬਚਾ ਆਮੀਨ ਸਾਡੀ ਮੌਤ ਦੇ ਵੇਲੇ ਆਵੀ ਤੂੰ ਔਰਤਾਂ ਵਿੱਚੋਂ ਤਨ
हजरत मरियम खुदा दी मां असा गुनागारा ले दुआ कर हुने अते साड़ी मौत वेले आमीन हजरत मरियम खुदा दी मां असा गुना करा ले दुआ कर उने अते साड़ी मौत वेले आमीन सलामे मरियम फजलाल परी होई खुदावंद तेरे हजरत मरियम खुदा दी मां असा गुना करा ले दुआ कर उने अते साड़ी मौत वेले आमीन हजरत मरियम खुदा दी मां असा गुना करा ले दुआ कर उने अते साड़ी मौत वेले आमीन हजरत मरियम खुदा दी मां असा गुना करा ले दुआ कर उने अते साड़ी मौत वेले आमीन हजरत मरियम खुदा दी मां असा गुना करा ले दुआ कर उने अते साड़ी मौत वेले आमीन सलामे मरियम फजलाल परी होई खुदावंद तेरे नाल है तू और हजरत मरियम खुदा दी मां असा गुना करा ले दुआ कर उने अते साड़ी मौत वेले आमीन दुख दा चौथा पेद प्रभु येसु मसीह दा सलीब नूं चुक लेना जिहड़ा तू आसमान ते है तेरा नाम पाक मन्निया जावे
तेरा राज आवे, तेरी मर्जी जिस आसमान उत्ते पूरी हुंदी है, तेरी जमीन ते होवे। साडे रोज दी रोटी आज सानू दे, साडे कसूर सानू माफ कर, जिस तरह से अपने कसूरवारां नू माफ करदे हां, सानू अजमाइश ना पा, सगों ब्याह तों बचा, आमीन। सलाम ए मरियम, फसल नाल परी हुई, खुदावन तेरे नाल है, तू औरतां विच तन है, नाले तन है तेरी कुख दा फल यीशु। आए हजरत मरियम, खुदा दी मां, सगुना घर लई दुआ कर, हुण ते साडी मौत दे वेले आवे। सलाम ए मरियम, फसल नाल भरी हुई, खुदावन तेरे नाल है, तू औरतां विच तन है, नाले तन है तेरी कुख दा फल यीशु। आए हजरत मरियम, खुदा दी मां, सगुना घर लई दुआ कर, हुण ते साडी मौत दे वेले आवे। सलाम ए मरियम, फसल नाल भरी हुई, खुदावन त्री नाल है, तू औरतां विच तन है, नाले तन है तेरी कुख दा फल यीशु। हाय हजरत मरियम, खुदा दी मां, सगुना घर लई दुआ कर, हुण ते साडी मौत दे वेले आवे। सलाम ए मरियम, फसल नाल भरी हुई, खुदावन तेरे नाल है, तू औरतां विच तन है, नाले तन है तेरी कुख दा फल यीशु। हाय हजरत मरियम, खुदा दी मां, सगुना घर लई दुआ कर, हुण ते साडी मौत दे वेले आवे। सलाम ए मरियम, फसल नाल भरी हुई, खुदावन तेरे नाल है, तू औरतां विच तन है, नाले तन तेरी कुख दा फल यीशु। हाय हजरत मरियम, खुदा दी मां, सगुना घर लई दुआ कर, हुण ते साडी मौत दे वेले आवे। सलाम ए मरियम, फसल नाल भरी हुई, खुदावन तेरे नाल है, तू औरतां विच तन है, नाले तन है तेरी कुख दा फल यीशु। हाय हजरत मरियम, खुदा दी मां, सगुना घर लई दुआ कर, हुण ते साडी मौत दे वेले आवे। सलाम ए मरियम, फसल नाल भरी हुई, खुदावन तेरे नाल है, तू औरतां विच तन है, नाले तन तेरी कुख दा फल यीशु। हाय हजरत मरियम, खुदा दी मां, सगुना घर लई दुआ कर, हुण ते साडी मौत दे वेले आवे। सलाम ए मरियम, फसल नाल भरी हुई, खुदावन तेरे नाल है, तू औरतां विच तन नाले तन तेरी कुख दा फल यीशु। हाय हजरत मरियम, खुदा दी मां, सगुना घर लई दुआ कर, हुण ते साडी मौत दे वेले आवे। सलाम ए मरियम, फसल नाल भरी हुई, खुदावन तेरे नाल है, तू औरतां विच तन नाले तन तेरी कुख दा फल यीशु। हाय हजरत मरियम, खुदा दी मां, सगुना घर लई दुआ कर, हुण ते साडी मौत दे वेले आवे। सलाम ए मरियम, फसल नाल भरी हुई, खुदावन तेरे नाल है, तू औरतां विच तन नाले तन तेरी कुख दा फल यीशु। हाय हजरत मरियम, खुदा दी मां, सगुना घर लई दुआ कर, हुण ते साडी मौत दे वेले आवे। बाप ते बेटे ते पाक दी वडियाई होवे, जेड़ी बड़ी सेवन ते हमेशा होवेगी, आमीन। ऐ मेरे नहायत मेहरबान यीशु, साडे गुनाह सब माफ कर, नरक दी अग तों सब बचा, सब लोग स्वर्ग वल जाए, खास करके उन्हां नूं जेड़े मेरे रहंदे बहुते लोड़वा धन। दुख दा पंजवां पेज, प्रभु यीशु मसीह दा असली बुते मर जाना। आई सड़े पाप जड़ा आसमान ते है, तेरा नाम पाक मनिया जावे, तेरा राज आवे, तेरी मर्जी जिस तरह आसमान ते पूरी हुंदी है, जमीन ते भी होवे। साडे रोज रोटी अस तन्नू दे, साडे कसूर सानू माफ कर, जिस तरह असि अपने कसूरवारां नू माफ करदे आं, सानू जमाइश च ना पा, सगों बुराई तों बचा, आमीन। सलाम ए मरियम, फजल नाल भरी हुई, खुदावन तेरे नाल है, तू औरतां विचों तन है, नाले तन है तेरी कुख दा फल यीशु। मरियम, खुदा दी मां, सगुना घर लई दुआ कर, हुण ते साडी मौत दे वेले आवे। सलाम ए मरियम, फजल नाल भरी हुई, खुदावन तेरे नाल है, तू औरतां विचों तन है, नाले तन है तेरी कुख दा फल यीशु। हाय हजरत मरियम, खुदा दी मां, सगुना घर लई दुआ कर, हुण ते साडी मौत दे वेले आवे। सलाम ए मरियम, फजल नाल भरी हुई, खुदावन तेरे नाल है, तू औरतां विचों तन है, नाले तन है तेरी कुख दा फल यीशु। हाय हजरत मरियम, खुदा दी मां, सगुना घर लई दुआ कर, हुण ते साडी मौत दे वेले आवे। सलाम ए मरियम, फजल नाल भरी हुई, खुदावन तेरे नाल है, तू औरतां विचों तन है, नाले तन है तेरी कुख दा फल यीशु। हाय हजरत मरियम, खुदा दी मां, सगुना घर लई दुआ कर, हुण ते साडी मौत दे वेले आवे। सलाम ए मरियम, फजल नाल भरी हुई, खुदावन तेरे नाल है, तू औरतां विचों तन है, नाले तन है तेरी कुख दा फल यीशु। हाय हजरत मरियम, खुदा दी मां, सगुना घर लई दुआ कर, हुण ते साडी मौत दे वेले आवे। सलाम ए मरियम, फजल नाल भरी हुई, खुदावन तेरे नाल है, तू औरतां विचों तन है, नाले तन है तेरी कुख दा फल यीशु। हाय हजरत मरियम, खुदा दी मां, सगुना घर लई दुआ कर, हुण ते साडी मौत दे वेले आवे। सलाम ए मरियम, फजल नाल भरी हुई, खुदावन तेरे नाल है, तू औरतां विचों तन है, नाले तन है तेरी कुख दा फल यीशु। हाय हजरत मरियम, खुदा दी मां, सगुना घर लई दुआ कर, हुण ते साडी मौत दे वेले आवे। सलाम ए मरियम, फजल नाल भरी हुई, खुदावन तेरे नाल है, तू औरतां
ਦਾ ਵਿੱਚੋਂ ਤਨ ਹੈ ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯੇਸੂ ਅਹੇ ਸ੍ਰੀਤ ਮਰੀਮ ਖੁਦਾ ਦੀ ਮਾਂ ਸਗਨਾ ਗੜੀ ਦੁਆ ਕਰ ਹੁਣ ਤੇ ਸਾਡੀ ਮੌਤ ਦੇ ਲਈ ਆਮੀਨ ਸਲਾਮੇ ਮਰੀਮ ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੂੰ ਔਰਤਾਂ ਵਿੱਚੋਂ ਤਨ ਹੈ ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯੇਸੂ ਅਹੇ ਸ੍ਰੀਤ ਮਰੀਮ ਖੁਦਾ ਦੀ ਮਾਂ ਸਗਨਾ ਗੜੀ ਦੁਆ ਕਰ ਹੁਣ ਤੇ ਸਾਡੀ ਮੌਤ ਦੇ ਲਈ ਆਮੀਨ ਸਲਾਮੇ ਮਰੀਮ ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ ਤੂੰ ਔਰਤਾਂ ਵਿੱਚੋਂ ਤਨ ਹੈ ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯੇਸੂ ਅਹੇ ਸ੍ਰੀਤ ਮਰੀਮ ਖੁਦਾ ਦੀ ਮਾਂ ਸਗਨਾ ਗੜੀ ਦੁਆ ਕਰ ਹੁਣ ਤੇ ਸਾਡੀ ਮੌਤ ਦੇ ਲਈ ਆਮੀਨ ਬਾਪ ਤੇ ਬੇਟਾ ਤੇ ਪਾਕ ਦੀ ਵਡਿਆਈ ਹੋਵੇ ਜਿਹੜੀ ਮੁੱਢਲਾ ਹਮੇਸ਼ਾ ਹੋਏਗੀ ਆਮੀਨ ਹਾਏ ਮੇ ਲਹਾਇ ਤੇ ਬਾਣੀ ਯੇਸੂ ਸਾਡੇ ਗੁਨਾਹ ਸਾਨੂੰ ਮਾਫ ਕਰ ਨਰਗਿਆ ਤੋਂ ਸਾਨੂੰ ਬਚਾਏ ਸਭ ਰਵਾਨ ਨੂੰ ਸਰਨ ਵਾਲ ਕਿਤਲੇ ਖਾਸ ਕਰੇ ਮੈਂ ਤੇ ਬਹੁਤ ਦੀ ਲੋੜ ਵਾਲੇ ਆਮੀਨ ਅਸੀਂ ਪ੍ਰਾਰਥਨਾ ਕਰੀਏ ਅਏ ਖੁਦਾ ਜੋ ਆਪਣੇ ਬੇਟੇ ਸਾਡੇ ਪ੍ਰਭੂ ਯੇਸੂ ਮਸੀਹ ਦੇ ਜੀਵਨ ਮੌਤ ਅਤੇ ਮੁਰਦਿਆਂ ਵਿੱਚੋਂ ਜੀ ਉੱਠਣ ਨਾਲ ਦੁਨੀਆਂ ਨੂੰ ਰਾਜ਼ੀ ਕਰਨ ਲਈ ਮਿਹਰਬਾਨ ਹੋਇਆ ਬਖਸ਼ ਦੇ ਕਿ ਉਹਦੀ ਕੁਆਰੀ ਮਹਾਂਮਰੀ ਦੀ ਸ਼ਿਫਾਰਸ਼ ਨਾਲ ਅਸੀਂ ਉਹਦੀ ਪਾਕ ਰੋਜ਼ਰੀ ਦੇ ਪੇਦਾਂ ਉੱਤੇ ਧਿਆਨ ਲਗਾਉਂਦੇ ਹੋਏ ਜੋ ਕੁਝ ਉਹ ਸਿਖਾਉਂਦੇ ਹਨ ਉਹਦੇ 'ਤੇ ਅਮਲ ਕਰੀਏ ਅਤੇ ਜਿਸ ਦਾ ਵਾਅਦਾ ਕਰਦੇ ਹਨ ਉਸ ਨੂੰ ਹਾਸਲ ਕਰੀਏ ਉਸੇ ਸਾਡੇ ਪ੍ਰਭੂ ਯੇਸੂ ਮਸੀਹ ਦੇ ਨਾਮ ਉੱਤੇ ਆਮੀਨ ਆਓ ਹੁਣ ਅਸੀਂ ਸਾਰੇ ਮਿਲ ਕੇ ਬੜੇ ਆਦਰ ਦੇ ਨਾਲ ਤਨ ਸਦਾ ਕੁਆਰੀ ਮਾਂ ਮਰੀਮ ਦੀ ਲਤਾਨੀਆਂ ਦੇ ਵਿੱਚ ਭਾਗ ਲਵਾਂਗੇ ਹੇ ਰੱਬਾ ਦਇਆ ਕਰੋ ਹੇ ਰੱਬਾ ਦਇਆ ਕਰੋ ਹੇ ਮਸੀਹਾ ਦਇਆ ਕਰੋ ਹੇ ਮਸੀਹਾ ਦਇਆ ਕਰੋ ਹੇ ਰੱਬਾ ਦਇਆ ਕਰੋ ਹੇ ਰੱਬਾ ਦਇਆ ਕਰੋ ਹੇ ਖੁਦਾ ਬਾਪ ਹੇ ਖੁਦਾ ਬੇਟੇ ਹੇ ਖੁਦਾ ਰੂਪਾਕ ਦਇਆ ਕਰੋ ਸਾਡੇ ਉੱਤੇ ਦਇਆ ਕਰੋ ਸੰਤਣੀ ਮਰੀਅਮ ਪਾਕ ਮਾਂ ਖੁਦਾ ਦੀ ਹੈ ਮਾਇਆ ਸਾਂਦੀ ਤੇਰੀ ਜੈ ਜੈਕਾਰ ਤੇਰੀ ਜੈ ਜੈਕਾਰ ਕੁਆਰੀ ਕੁਆਰੀਆਂ ਦੀ ਹੈ ਮਾਂ ਮਸੀਹ ਦੀ ਖੁਦਾਈ ਫਜ਼ਲ ਦੀ ਤੇਰੀ ਜੈ ਜੈਕਾਰ ਤੇਰੀ ਜੈ ਜੈਕਾਰ ਕਰ ਦੁਆ ਸਾਡੇ ਲਈ ਮਾਂ ਕਰ ਦੁਆ ਸਾਡੇ ਲਈ ਮਾਂ ਅਤਿ ਪਵਿੱਤਰ ਮਾਂ ਅਤਿ ਨਿਰਮਲ ਮਾਂ ਹੈ ਬੇਦਾਗ ਮਾਂ ਤੇਰੀ ਜੈ ਜੈਕਾਰ ਤੇਰੀ ਜੈ ਜੈਕਾਰ ਸਦਾ ਕੁਵਾਰੀ ਮਾਂ ਹਰ ਮਨ ਪਿਆਰੀ ਮਾਂ ਸਲਾਹ ਹੋਣ ਯੋਗ ਮਾਂ ਤੇਰੀ ਜੈ ਜੈਕਾਰ ਤੇਰੀ ਜੈ ਜੈਕਾਰ ਕਰ ਦੁਆ ਸਾਡੇ ਲਈ ਮਾਂ ਕਰ ਦੁਆ ਸਾਡੇ ਲਈ ਮਾਨਿਕ ਸਲਾਹ ਦੀ ਸਿਰ ਜਨ ਹਾਰ ਦੀ ਮਾਂ ਮੁਕਤੀ ਦਾਤੇ ਦੀ ਤੇਰੀ ਜੈ ਜੈਕਾਰ ਤੇਰੀ ਜੈ ਜੈਕਾਰ ਮਾਂ ਕਲੀਸੀਆ ਦੀ ਅਤੀ ਚੌਕਸ ਕੁਵਾਰੀ ਮਾਨ ਯੋਗ ਕੁਵਾਰੀ ਤੇਰੀ ਜੈ ਜੈਕਾਰ ਤੇਰੀ ਜੈ ਜੈਕਾਰ ਕਰ ਦੁਆ ਸਾਡੇ ਲਈ ਮਾਂ ਕਰ ਦੁਆ ਸਾਡੇ ਲਈ ਮਾਂ ਸ਼ਕਤੀਮਾਨ ਕੁਵਾਰੀ ਦਿਆਲੂ ਕੁਵਾਰੀ ਧਰਮੀ ਕੁਵਾਰੀ ਤੇਰੀ ਜੈ ਜੈਕਾਰ ਤੇਰੀ ਜੈ ਜੈਕਾਰ ਸ਼੍ਰੀ
ईशन आओ दे तख्त दनाई दे सबब खुशे दे तेरी जय जयकार तेरी जय जयकार कर दुआ साडे लई मां कर दुआ साडे लई मां रूहानी पंडारे भगती दे पंडारे पेद वाले गुलाब तेरी जय जयकार तेरी जय जयकार बुरज दाओ दे दे बुरज हाथी दांदे दे सुनहरे करे तेरी जय जयकार तेरी जय जयकार कर दुआ साडे लई मां कर दुआ साडे लई मां संदूक नेम दे बोहे सवर्ग दे तारे बड़े वेले दे तेरी जय जयकार तेरी जय जयकार सेहत बीमारा दी बना गुणगारा दी सहायता ईसाइया दे तेरी जय जयकार तेरी जय जयकार कर दुआ साडे लई मां कर दुआ साडे लई मां रानी फरिश्ते आंदी रानी वडेरे आंदी रानी पैगंबरा दे तेरी जय जयकार तेरी जय जयकार रानी रसूलां दी रानी शहीदां दे रानी तरमियां दी तेरी जय जयकार तेरी जय जयकार कर दुआ साडे लई मां कर दुआ साडे लई मां रानी कुआरियां दी रानी संतां दी रानी संतनियां दी तेरी जय जयकार तेरी जय जयकार रानी लोर दसदी रानी फातिमा दी रानी कारमल दी तेरी जय जयकार तेरी जय जयकार कर दुआ साडे लई मां कर दुआ साडे लई मां बेदाग पैदा होई स्वर्ग चुठाई गई स्वर्ग च रानी बनी तेरी जय जयकार तेरी जय जयकार रानी रोजरी दी रानी शांति दी रानी कुल कौमां दी तेरी जय जयकार तेरी जय जयकार कर दुआ साडे लई मां कर दुआ साडे लई मां ले खुदा दे तू दुनिया दे गुनाह चुक ले जाता है बदी तो बचा रब्बा लेल खुदा दे तू दुनिया दे गुनाह चुक ले जांदा है साडी दुआ नू कबूल करो लेल खुदा दे तू दुनिया दे गुनाह चुक ले जांदा है साडे उते दया करो सलाम ए रानी
ਰਹਿਮ ਦੀ ਮਾਂ ਸਾਡੀ ਜ਼ਿੰਦਗੀ ਖੁਸ਼ੀ ਉਮੀਦ ਸਲਾਮਤੀ ਅਸੀਂ ਜਿਸ ਕੋਟੇ ਹਵਾ ਦੇ ਸੰਤਾਨ ਤੇਰੇ ਨੂੰ ਪੁਕਾਰਦੇ ਹਾਂ ਅਸੀਂ ਇਸ ਕਮਾਂ ਦੀ ਦੁਨੀਆ ਵਿੱਚ ਰੋਂਦੇ ਤੇ ਪਿੱਟਦੇ ਯੋਕਾ ਪਾਉਂਦਾ ਪੜਦੇ ਹਾਂ ਹੁਣ ਇਹ ਸਾਡੇ ਵਕੀਲਾਂ ਆਪਣੀ ਰਹਿਮ ਦੀ ਨਜ਼ਰ ਨਾਲ ਸਾਡੇ ਵੱਲ ਧਿਆਨ ਕਰ ਨਾਲੇ ਦੇਸ਼ ਨਿਕਾਲ ਦੇ ਪਿੱਛੋਂ ਆਪਣੇ ਪੇਟ ਦਾ ਮੁਬਾਰਕ ਪਾ ਜਿਸ ਸਾਡੇ ਵਿਖਾਲ ਆਏ ਰਹਿਮ ਦੇ ਆਏ ਮਿਹਰਬਾਨ ਆਏ ਸ਼੍ਰੀ ਕੁਮਾਰੀ ਮਰੀਮ ਅਏ ਪਾਕ ਮਾ ਖੁਦਾ ਦੀ ਸਾਡੇ ਲਈ ਦੁਆ ਕਰ ਤਾਂ ਜੇ ਅਸੀਂ ਮਸੀਹ ਦੇ ਵਾਅਦੇ ਦੇ ਲਾਇਕ ਬਣ ਜਾਈਏ ਅਸੀਂ ਪ੍ਰਾਰਥਨਾ ਕਰੀਏ ਅਸੀਂ ਤੇਰੇ ਬੱਚੇ ਤੇਰੇ ਗਿਣੇ ਹੁੰਦੇ ਹਾਂ ਅਏ ਪ੍ਰਭੂ ਖੁਦਾ ਤੂੰ ਕਿਰਪਾ ਕਰਕੇ ਸਾਡੇ ਸਾਹਮਣੇ ਨੂੰ ਲਗਾਤਾਰ ਦੇਸੀ ਬਖਸ਼ ਨਾਲੇ ਤਾਂ ਸਦਾ ਕੁਆਰੀ ਮਰੇ ਦੀ ਸਿਫਾਰਿਸ਼ ਸਕੀਏ ਤੂੰ ਸਾਨੂੰ ਵਰਤਮਾਨ ਦੁੱਖਾਂ ਤੋਂ ਛੁਡਾ ਅਤੇ ਦੀਵੀ ਨਾਲ ਵਿੱਚ ਪਹੁੰਚਾ ਦੇ ਅਸੀਂ ਇਹ ਦੁਆ ਮੰਗਦੇ ਹਾਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ ਦੁਆ ਯਾਦ ਕਰੇ ਯਾਦ ਕਰਨਾ ਹੈ ਮਿਹਰਬਾਨ ਕੁਆਰੀ ਮਰੀਮ ਕੋਈ ਕਦੇ ਨਹੀਂ ਸੁਣਿਆ ਗਿਆ ਕੋਈ ਵੀ ਤੇਰੀ ਪਨਾਹ ਨਾਲ ਦਿਆਂ ਤੇਰੀ ਮਦਦ ਚਾਹੁੰਦੇ ਹਾਂ ਤੇਰੀ ਸਿਫਾਰਿਸ਼ ਮੰਗਦੇ ਹਾਂ ਤੇਰੇ ਖਾਲੀ ਗਿਆ ਹੋਵੇ ਏ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ ਮੈਂ ਸਦੀ ਨਾਲ ਤੇਰੇ ਕੋ ਨਸਿਆਉਂਦੀ ਹਾਂ ਤੇਰੇ ਦੇਖ ਲੋ ਕਿ ਮੈਂ ਕਿਨਾਰੇ ਰੋਂਦੀ ਹਾਂ ਏ ਕਾਲੀ ਗਿਆ ਦੀ ਮਾਂ ਮੇਰੀ ਅਰਜ਼ੀ ਕੀ ਰਾਣੀ ਸਭ ਮੇਰੇ ਬਾਣੀਆਂ ਸੁਣੀ ਤੇ ਕਬੂਲ ਕਰੀ ਆਮੇਨ ਬਾਪ ਅਤੇ ਬੇਟੇ ਰੂਹ ਪਾਕ ਦੀ ਵਡਿਆਈ ਹੋਵੇ ਜਿਹੜੇ ਮੁੰਡੇ ਸੀਨੇ ਦੇ ਵਿਸ਼ਾ ਹੋਵੇ ਕਿ ਆਮੇਨ ਬਾਪ ਅਤੇ ਬੇਟੇ ਤੇ ਰੂਹ ਪਾਕ ਦੀ ਵਡਿਆਈ ਹੋਵੇ ਜਿਹੜੇ ਮੁੰਡੇ ਸੀਨੇ ਦੇ ਵਿਸ਼ਾ ਹੋਵੇ ਕਿ ਆਮੇਨ ਬਾਪ ਅਤੇ ਬੇਟੇ ਤੇ ਰੂਹ ਪਾਕ ਦੀ ਵਡਿਆਈ ਹੋਵੇ ਜਿਹੜੇ ਮੁੰਡੇ ਸੀਨੇ ਦੇ ਵਿਸ਼ਾ ਹੋਵੇ ਕਿ ਆਮੇਨ ਆਹ ਹੁਣ ਅਸੀਂ ਸਾਰੇ ਮਿਲ ਕੇ ਸਦਾ ਸਹਾਈ ਮਾਂ ਮਰੀਮ ਦੇ ਆਦਰ ਵਿੱਚ ਨਵੀਨਾ ਪ੍ਰਾਰਥਨਾ ਦੇ ਵਿੱਚ ਭਾਗ ਲਵਾਂਗੇ ਔਰ ਇਸ ਨਵੀਨਾ ਪ੍ਰਾਰਥਨਾ ਦੇ ਦੁਆਰਾ ਅਸੀਂ ਆਪਣੀਆਂ ਖਾਸ ਲੋੜਾਂ ਔਰ ਜ਼ਰੂਰਤਾਂ ਮਾਂ ਮਰੀਮ ਦੀ ਸਿਫਾਰਿਸ਼ ਦੇ ਦੁਆਰਾ ਖੁਦਾ ਦੇ ਅੱਗੇ ਸਮਰਪਣ ਕਰਾਂਗੇ ਸਦਾ ਸਹਾਈ ਮਾਂ ਸਾਡੇ ਲਈ ਦੁਆ ਕਰੇ ਆਪਣੀਆਂ ਸੰਤਾਨਾਂ ਲਈ ਹੈ ਪਿਆਰੀ ਮਾਂ ਦੁਆ ਕਰੇ ਹੈ ਸਦਾ ਸਹਾਈ ਮਾਂ ਸਾਡੇ ਲਈ ਦੁਆ ਕਰੇ ਆਪਣੀਆਂ ਸੰਤਾਨਾਂ ਲਈ ਹੈ ਪਿਆਰੀ ਮਾਂ ਦੁਆ ਕਰੇ ਸਦਾ ਸਹਾਈ ਮਾਂ ਸਾਡੇ ਲਈ ਦੁਆ ਕਰੇ ਆਪਣੀਆਂ ਸੰਤਾਨਾਂ ਲਈ ਹੈ ਪਿਆਰੀ ਮਾਂ ਦੁਆ ਕਰੇ ਇਹ ਤੀ ਪਵਿੱਤਰ ਬੇਦਾਗ ਕੁਆਰੀ ਅਤੇ ਸਾਡੀ ਮਾਂ ਮਰੀਮ ਤੂੰ ਸਾਡੀ ਸਦਾ ਸਹਾਈ ਹੈ ਸਾਡੀ ਸ਼ਰਨ ਅਤੇ ਸਾਡੀ ਉਮੀਦ ਹੈ ਅੱਜ ਅਸੀਂ ਤੇਰੇ ਕੋਲ ਆਏ ਹਾਂ ਅਸੀਂ ਉਹਨਾਂ ਸਾਰੇ ਫਜ਼ਲਾਂ ਲਈ ਖੁਦਾ ਦੇ ਸ਼ੁਕਰਗੁਜ਼ਾਰ ਹਾਂ ਜੋ ਤੂੰ ਸਾਡੇ ਲਈ ਹਾਸਲ ਕੀਤੇ ਹਨ ਇਹ ਪਵਿੱਤਰ ਮਾਂ ਅਸੀਂ ਤੈਨੂੰ ਪਿਆਰ ਕਰਦੇ ਹਾਂ ਆਪਣਾ ਪਿਆਰ ਵਿਖਾਉਣ ਲਈ ਅਸੀਂ ਇਕਰਾਰ ਕਰਦੇ ਹਾਂ ਕਿ ਅਸੀਂ ਹਮੇਸ਼ਾ ਤੇਰੇ ਭਗਤ ਰਹਾਂਗੇ ਅਤੇ ਹੋਰਨਾਂ ਨੂੰ ਵੀ ਤੇਰੇ ਕੋਲ ਲਿਆਉਣ ਲਈ ਪੂਰਾ ਪੂਰਾ ਯਤਨ ਕਰਾਂਗੇ ਐ ਸਦਾ ਸਹਾਈ ਮਾਂ ਤੂੰ ਜੋ ਖੁਦਾ ਦੇ ਨਾਲ ਸ਼ਕਤੀਸ਼ਾਲੀ ਹੈ ਸਾਡੇ ਲਈ ਇਹਨਾਂ ਫਜ਼ਲਾਂ ਨੂੰ ਹਾਸਲ ਕਰ ਬੁਰਾਈ ਤੇ ਜਿੱਤ ਪਾਉਣ ਦੀ ਸ਼ਕਤੀ ਯਿਸੂ ਮਸੀਹ ਦੇ ਪ੍ਰਤੀ ਪਿਆਰ ਜੀਵਨ ਭਰ ਖੁਦਾ ਦੀ ਵਫਾਦਾਰ ਸੇਵਾ ਅਤੇ ਆਖਰ ਵਿੱਚ ਪਵਿੱਤਰ ਮੌਤ ਤਾਂ ਕਿ ਅਸੀਂ ਤੇਰੇ ਅਤੇ ਤੇਰੇ ਬੇਟੇ ਨਾਲ ਅਨੰਤ ਕਾਲ ਤੱਕ ਜਿਉਂਦੇ ਰਹੀਏ ਐ ਸਦਾ ਸਹਾਈ ਮਾਂ ਸਾਡੇ ਲਈ ਦੁਆ ਕਰ ਐ ਪ੍ਰਭੂ ਯਿਸੂ ਮਸੀਹ ਤੂੰ ਗਲੀਲ ਦੇ ਕਾਨਾ ਪਿੰਡ ਵਿੱਚ ਆਪਣੀ ਮਾਂ ਮਰੀਮ ਦੇ ਇੱਕ ਹੀ ਸ਼ਬਦ ਤੇ ਪਾਣੀ ਨੂੰ ਅੰਗੂਰੀ ਮੈਂ ਵਿੱਚ ਬਦਲ ਦਿੱਤਾ ਹੁਣ ਇਹਨਾਂ ਲੋਕਾਂ ਦੀਆਂ ਦੁਆਵਾਂ ਸੁਣ ਲੈ ਜੋ ਆਪਣੀ ਸਦਾ ਸਹਾਈ ਮਾਂ ਦੇ ਆਦਰ ਲਈ ਇੱਥੇ ਇਕੱਠੇ ਹੋਏ ਹਨ ਕਿਰਪਾ ਕਰਕੇ ਸਾਡੀਆਂ ਬੇਨਤੀਆਂ ਅਤੇ ਸੱਚੇ ਸ਼ੁਕਰਾਨੇ ਕਬੂਲ ਕਰ ਸਦਾ ਸਹਾਈ ਮਾਂ ਅਸੀਂ ਤੇਰੇ ਸ਼ਕਤੀਸ਼ਾਲੀ ਨਾਮ ਨੂੰ ਪੁਕਾਰਦੇ ਹਾਂ ਤੂੰ ਜਿਉਂਦਿਆਂ ਦੇ ਰਖਵਾਲੀ ਅਤੇ ਮਰਨ ਵਾਲੇ ਦਾ ਸਹਾਰਾ ਹੈ ਤੇਰਾ ਨਾਮ ਸਦਾ ਸੰਗਤ ਬੁਲਾਤੀ ਹੋਵੇਗਾ ਖਾਸ ਕਰਕੇ ਬੁਰਿਆਈ ਦੇ ਸਾਹਮਣੇ ਅਤੇ ਮੌਤ ਦੇ ਵੇਲੇ ਤੇਰਾ ਨਾਮ ਸਾਡੇ ਭਰੋਸਾ ਅਤੇ ਸ਼ਕਤੀ ਹੈ ਪਵਿੱਤਰ ਰਾਣੀ ਜਦ ਅਸੀਂ ਤੈਨੂੰ ਪੁਕਾਰੀਏ
तू साड़ी सहायता कर असी केवल तेरा नाम जपन ते ही संतुष्ट नहीं होवांगे सगो असी अपनी रोजाना जिंदगी विच ये प्रकट करांगे कि तू सचमुच साड़ी सदा सहाई मां है। दुनियावी अते जिस्मानी लोड़ां दे लई प्रार्थना ऐ सदा सहाई मां असी बड़े भरोसे नाल तेरे कोल आए हां असी अपने रोजाना जिंदगियां मुश्किलां विच तेरी सहायता लई बेनती करदे हां कदी कदी दुख तकलीफा सानू बेबस ते निराश कर दिंदियां हां बिपता अते मुसीबता साडी जिंदगी नूं परेशान कर दिंदियां हां अते हर तां सानू दुख दा सामना करना पैंदा है इसलिए तरस मंद मां साडी उत्ते कृपा कर साडी अलूड़ा वाल ध्यान दे सानू सारिया क्लेशां तों छुड़ा जेकर खुदा दी मर्जी होवे कि असी होर दुख झलीए तां सानू शक्ति दे कि असी इह सब कुछ प्यार अते सबर नाल सह सकीए असी वरदान अपनियां खूबियां उत्ते भरोसा करके नहीं मंगदे सगो सदा सहाई मां तेरे प्यार अते तेरी शक्ति उत्ते भरोसा रख के मंगदे हां आमीन। असी प्रार्थना करिए ऐ साडे प्रभु कृपा करके साडे संत पापा फ्रांसिस साडे बिशप साहिबान फादर साहिबान अते धर्म सेवकां नूं साड़ी कौम दे नेतावां अते साड़ी दे जहाकमां नूं दनाई अते दूरदृष्टि वाली सूझ बख्श दे ऐ प्रभु यीशु मानवीय दे राहीं साड़ी प्रार्थना सुन ऐ प्रभु बख्श दे के सारे लोग शांति अते धार्मिक आजादी विच भैन भरावां वांगू जीवन बतीत करन ऐ प्रभु यीशु मानवीय दे राहीं साड़ी प्रार्थना सुन ऐ प्रभु बख्श दे कि तेरी पवित्र मर्जी दे मुताबिक इस नवीना प्रार्थना विच हिस्सा लैण वाले सारे लोग अपनी तंदुरुस्ती नूं कायम रखन अते बीमार फिर चंगी सेहत हासिल करन ऐ प्रभु यीशु मानवीय दे राहीं साड़ी प्रार्थना सुन ऐ प्रभु साडे सारे मोए होए भैन भरावां नूं अते सारे विश्वासियां नूं जो इस दुनिया विच चलाना कर गए हन सदीवी शांति बख्श दे ऐ प्रभु यीशु मानवीय दे राहीं साड़ी प्रार्थना सुन ऐ प्रभु इस नवीना प्रार्थना दे सारे खास इरादियां विच अगवाई अते सहायता कर अते इत्थे हाजर सारियां दियां लोड़ां नूं पूरा कर ऐ प्रभु यीशु मानवीय दे राहीं साड़ी प्रार्थना सुन ऐ प्रभु बख्श दे कि सारे लोग तेरी सच्चाई दी रोशनी नूं वेखन अते तेरे प्यार दी खुशी नूं महसूस करन ऐ प्रभु यीशु मानवीय दे राहीं साड़ी प्रार्थना सुन आ हुण असीं अपने दिलां विच अपनियां निजी जरूरतां अपनी प्यारी मां दे अगे पेश करिए शुक्रगुजारी दी प्रार्थना ऐ प्रभु यीशु कलीसिया दे राहीं सानूं दित्ते गए नव जीवन दे वरदान लई ਸਾਡੀ ਸ਼ੁਕਰਗੁਜ਼ਾਰੀ ਕਬੂਲ ਕਰ ਹੇ ਪ੍ਰਭੂ ਯਿਸੂ ਅਸੀਂ ਆਪਣੀ ਮਾਂ ਮਰੀਮ ਦੇ ਰਾਹੀਂ ਤੇਰਾ ਸ਼ੁਕਰ ਕਰਦੇ ਹਾਂ ਉਹਨਾਂ ਸਾਰਿਆਂ ਫਜ਼ਲਾਂ ਤੇ ਬਰਕਤਾਂ ਲਈ ਜਿਹੜੇ ਅਸੀਂ ਕਲੀਸਿਆ ਵਿੱਚ ਸਾਕਰਾਮੈਂਟ ਰਾਹੀਂ ਪ੍ਰਾਪਤ ਕੀਤੇ ਹਨ ਸਾਡੀ ਸ਼ੁਕਰਗੁਜ਼ਾਰੀ ਕਬੂਲ ਕਰ ਹੇ ਪ੍ਰਭੂ ਯਿਸੂ ਅਸੀਂ ਆਪਣੀ ਮਾਂ ਮਰੀਮ ਦੇ ਰਾਹੀਂ ਤੇਰਾ ਸ਼ੁਕਰ ਕਰਦੇ ਹਾਂ ਸਾਰੀਆਂ ਰੂਹਾਨੀ ਅਤੇ ਜਿਸਮਾਨੀ ਬਰਕਤਾਂ ਲਈ ਜੋ ਤੂੰ ਸਾਨੂੰ ਬਖਸ਼ੀਆਂ ਹਨ ਸਾਡੀ ਸ਼ੁਕਰਗੁਜ਼ਾਰੀ ਕਬੂਲ ਕਰ ਹੇ ਪ੍ਰਭੂ ਯਿਸੂ ਅਸੀਂ ਆਪਣੀ ਮਾਂ ਮਰੀਮ ਦੇ ਰਾਹੀਂ ਤੇਰਾ ਸ਼ੁਕਰ ਕਰਦੇ ਹਾਂ ਆਓ ਹੁਣ ਅਸੀਂ ਸਾਨੂੰ ਮਿਲੀਆਂ ਸਾਰੀਆਂ ਬਰਕਤਾਂ ਲਈ ਆਪਣੇ ਦਿਲਾਂ ਵਿੱਚ ਮਾਂ ਮਰੀਮ ਦੀ ਸ਼ੁਕਰਗੁਜ਼ਾਰੀ ਕਰੀਏ ਚੋਤਾ ਨੇ ਨਾਲੀ ਸੁਦੀ ਤੇ ਨਾਲੀ
खुशी दसो नेहा जब रोई लिया के दसिया ही लिया के दसिया खुशी दसो नेहा जब रोई लिया के दसिया ही लिया के दसिया जिसने दे तार लिया रूपाक बसिया जिसने दे तार लिया रूपाक बसिया जेड़े वेले चिटियों ने हाँ सबे और तारे विचो तने हैं नाले यीशु दी ते नाले मेरी माँ सबे और तारे विचो तने हैं नाले यीशु दी ते नाले मेरी माँ सबे और तारे विचो तने बीमारां दे लई प्रार्थना एक खास समा है जो असी सारे बीमार भैन भरावां दे लई मां मरियम के पवित्र चरणों के सिफारिश करते हुए प्रभु की चंगयाई अते बरकत मंगांगे जिन्हें भी भैन भराव जो साढ़े घर हस्पतालां दे विच बीमार हैं जां जिन्हां नूं असी जानते हाँ कि वह बीमार हैं उन्हां सारे नूं मां मरियम की सिफारिश दराई प्रभु के पवित्र चरणों में समर्पित करते हुए कुछ समा शांत रहिए अते उन्हां दे लई प्रार्थना करिए ऐ प्रभु अपने सेवकों वल ध्यान दे जो शरीरक बीमारी नाल पीड़ित हैं इन्हां नूं मदद बख्श अते सुरजीत कर जिन्हां दी तू रचना कीती है तेरी कृपा नाल ये अपने कष्टों तो मुक्त होकर तंदुरुस्त हो जान साडे प्रभु यीशु मसीह दे राही आमीन संगत दा विश्वास ऐ सदा सहाई मां तू प्रतापी अते दयालु है खुदा दीआं सारीआं बरकतां तेरे द्वारा ही सानूं मिलदीआं हन तू पापीआं दी उम्मीद है प्यारी मां साडे कोल आ क्योंकि तू ही साडा आसरा अते भरोसा है तेरे हत्थां विच साडी मुक्ति है प्यारी मां असी तेरी संतान हां साडी देखभाल कर जे तू ए करेंगी तां सानू किसे दा डर नहीं यीशु मसीह कोलों तू साडे पापां लई माफी हासिल कर तेरे नाल हो के असी तेरे बेटे अते अपने भरा यीशु मसीह दे सामने पेश होना चाहुंदे हां जदों पाप अते बुराई साडे सामने हुंदे हन तां सानू प्रेरणा दे कि असी तेरा नां लै के तेरे कोलों मदद मंगिए सदा सहाई मां सानू हमेशा पापा दी माफी यीशु मसीह ले प्यार आखिर तक दृढ़ विश्वास अते हर तरह दी मदद मंगण ले सदा अपने कोल आउंदा फजल दुआ दे आमीन आओ सी सारे संसार दे मसीह भैन भरावां नाल मिलके मां मरियम दी सिफत करिए अते अपने आप नू उहदी शक्तिशाली रखवाली लई सौंप दईए सलाम ए मरियम फजलान भरी होई खुदावंत तेरे नाल है तू औरतां विचों तन है नाले तन है तेरी कुख दा फल यीशु ए हजरत मरियम खुदा दी मां असां गुनाहगार दी दुआ कर हुण ते साडी मौत दे वेले आमीन ए खुदा दी पवित्र मां साडे लई दुआ कर तां जे असीं मसीह दे वादियां दे लायक बण जाईए असीं प्रार्थना करिए ए प्रभु यीशु तू अपनी मां नूं साडी मां बनाया जो हर वेले साडी सहायता लई तैयार रहिंदी है असीं उहदी तस्वीर दे सामने खड़े हो के उसदा आदर करदे हां कृपा करके असीं उहदी प्रार्थना दी सहायता नाल हमेशा तेरी मुक्ति दे फल हासिल कर सकीए असीं इह बरकत मंगदे हां तेरे तों जो जिउंदा ते राज करदा है सदा तों सदा तिक आमीन इक खास समां है जदों ताड़े सारे दे उपर फादर साहबान हाथ पसार के ताड़े ले खुदा दी बरकत मंगणगे अते सारे जाने अपने सिरां चुकाउणा है प्रभु तुहाडे नाल होवे अते तुहाडे नाल भी होवे प्रभु यीशु मसीह तुहाडे नाल होवे अते तुहाडी रक्षा करे ओ तुहाडे अंदर निवास करे अते थानू सहारा दवे ओ तुहाडे अगे होवे तुहाडी अगवाई करे ओ तुहाडे पिछे होवे तुहाडा बचाव करे वो तुहाडे उपर होवे तुहानू बरकत देवे
हुण मैं बेनती करदा सारे फादर साहिबान दे अगे कि असी इकट्ठे मिल के इन्हां सारे भैण भरावां नूं खुदा दी बरकत देवांगे। पूरी कुदरत वाला खुदा बाप बेटा अते रूप पाक तुहानूं सारिआं नूं आशीर्वाद प्रदान करे। आमीन। एक बार सारिआं नूं मां मरियम दे सलाना त्यौहार दीआं बहुत सारिआं वधाइआं होण। पाक पानी छिड़कण दे वेले जेकर तुसी रोजरी मनोरखा कोई चीज़ जिन्हां ते बरकत लेना है तो अपने हाथ विच रखो ते हुण पवित्र पानी दे नाल फादर जी आशीष देंगे। असी प्रार्थना करते हैं प्यारे प्रभु जी इन्हां साधना रोजरी मनोरखा सलीब अते फोटो वा जिन्हां उत्ते असी आशीष मंगते हाँ इन्हां नूं प्रभु जी पाप बुराई शैतानी ताकत विचों बचण दे लई साधन बना दे। जिथे किथे भी ये रखिया जाता है जो इस्तेमाल करता है उन्हां सब नूं पाप बुराई दी ताकत शैतानी ताकत विचों बचा के रख अते भक्ति दे विच अगे वधण दे लई मदद प्रदान कर। असी ये मंगदे हम अपने प्रभु यीशु मसीह दे राहीं। आमीन। सलाम मसीह आए।